चो शेर सिंह, एस एच ओ शेर सिंह, पूजा फेर दी जावे पैसे खानी है जिंग। एस एच ओ शेर सिंह, एस एच ओ शेर सिंह, वांग जलेबी सिद्धा साधा है नी कोई बड़विंग। एस एच ओ, एस एच ओ, एस एच ओ शेर सिंह, एस एच ओ शेर सिंह, एस एच ओ शेर सिंह, एस एच ओ शेर सिंह। आना रहन नी दिंदा, खेड़ा जमा भी पैन नी दिंदा, चा पानी बना के छड़े पंगा किसे दा पैन नी दिंदा, रंग चोखे दा चोखा आवे फटकड़ी लगे नहीं। एस एच ओ शेर सिंह, एस एच ओ शेर सिंह, एस एच ओ शेर सिंह, एस एच ओ शेर सिंह। डंडे नू दे के रखे बिना गल तो बंदा चके, रिश्वत खोरी आपां छड्डी हुण साहब जी बन गए सच्चे, चोरियों पैसे लेंदे चक्कर लेने बैड थिंग। एस एच ओ, एस एच ओ, एस एच ओ शेर सिंह, एस एच ओ शेर सिंह, एस एच ओ शेर सिंह, एस एच ओ शेर सिंह। ही खिची जावे तीमी अगे पानी भरदा, जो पैग विच ना पानी पावे, किसे नाल ना बनदी साडी पक्के कड़े शी किंग। एस एच ओ शेर सिंह, एस एच ओ शेर सिंह, एस एच ओ शेर सिंह, एस एच ओ शेर सिंह। जनाब इन्हां दे गोलगप्पे नहीं मुक्के। जनाब होर गोलगप्पे मंगावां कि भर गया ढिड्ड? एतरामा पुलिस दा ढिड्ड भरना बहुत औखा भी बहुत औखा। जनाब बारे ते गल पहले ही बड़ी मशहूर आ। कैडी भाई भंडारे चौल ता जनाब दे पावे गलत तक आए होन, पर एस एच ओ शेर सिंह ने घर जाके एक बार फिर चौल खाने ही खाने आ। तैनू किने कहा मैं भंडारे दे चौल घर भी लेके जाना हुंना? चवला गुजिया रहन दो। की बकवास कर रहे हैं? कुछ नहीं ना, मैं जाके जरा गोलगप्पे ने साफ करया वा। साफ करनु कहां, तू एनु गूगल पे करना? नाले पुलिस वाले गूगल पे नहीं पेटीएम करदे हुंदे आ। समझा दिए ओनु के पुलिस दा पेटीएम की हुंदा? जे कोई पुलिस नु कहे पे, अगो पुलिस वाले ओनु कहंदे आ टीएम। की मतलब? तेरी मान, इनु कहंदे आ पुलिस दा पेटीएम। जनाब अपना सीधा हिसाब आ, ना सी गूगल पे करिए ना पेटीएम, जाके कहीं दा कापी च लिख ला, फिर जदों पूरी कापी भर जांदी है ना। अच्छा फिर पे कर दूं? नहीं जी, कापी ही पाड़ दे दी आ। ओए कमलिया, सियाणे कहंदे आ बंदे नु लिखत पढ़त विच नहीं पैना चाहिदा। हुण तू देख ला, लोग साडियां मिंतां कर कर थक जांदे आ, मजा ला असीं कदे एफआईआर लिख लीए। जनाब ਤੁਸੀਂ ਅਫਸਰ ਆਦਮੀ ਹੋਏ, ਅਸੀਂ ਤਾਂ ਪਿਛਲੇ 14 ਸਾਲਾਂ ਤੋਂ ਹੌਲਦਾਰੀ ਕਰੀ ਜਾਂਦੇ ਆ, ਹੁਣ ਤਾਂ ਸਾਡਾ 14 ਸਾਲਾਂ ਦਾ ਬਨਵਾਸ ਵੀ ਕੱਟਿਆ ਗਿਆ, ਸਾਨੂੰ ਵੀ ਥਾਣੇਦਾਰ ਲਵਾ ਦਿਓ, ਛੋਟਾ ਹੀ ਸਹੀ। ਓਏ ਥਾਣੇਦਾਰ ਬਣ ਲਈ ਐਸਐਸਪੀ ਦੀ ਧੀ ਨੂੰ ਹੱਥ ਪਾਉਣਾ ਪੈਂਦਾ। ਕੀ ਮਤਲਬ? ਮਤਲਬ ਉਹਦੀ ਕੁੜੀ ਨਾਲ ਵਿਆਹ ਕਰਾਉਣਾ ਪੈਂਦਾ। ਫਾਰ ਯੋਰ ਕਾਈਂਡ ਇਨਫੋਰਮੇਸ਼ਨ, ਐਸਐਸਪੀ ਸਰਦਾਰ ਅਵਤਾਰ ਸਿੰਘ ਗਿੱਲ ਮੇਰੇ ਫਾਦਰ ਇਨ ਲਾਅ ਨੇ। ਪਰ ਜਨਾਬ ਉਹ ਤੁਹਾਡੇ ਸਹੁਰਾ ਸਾਹਿਬ ਕਿਵੇਂ ਹੋ ਸਕਦੇ ਆ? ਤੁਹਾਡੀ ਦਾੜੀ ਚਿੱਟੀ, ਉਹਨਾਂ ਦੀ ਕਾਲੀ। ਤੂੰ ਫਿਰ ਕਦੇ ਉਹਨਾਂ ਦੇ ਸਿਰ ਦੇ ਵਾਲ ਨਹੀਂ ਦੇਖੇ, ਜਮਾਂ ਹੀ ਹੈ ਨਹੀਂ। ਜੇ ਪੰਜ ਚਾਰ ਕ ਹੈਗੇ ਆ, ਉਹ ਸਾਰੇ ਚਿੱਟੇ ਟੀਟ ਨੇ। ਓਏ ਕਮਲਿਆ, ਊਂ ਵੀ ਤਾਂ ਦਾੜੀ ਸਿਰ ਦੇ ਵਾਲਾਂ ਨਾਲੋਂ 20-22 ਸਾਲ ਛੋਟੀ ਹੁੰਦੀ ਆ। ਓ ਜਨਾਬ ਸ਼ਿਕਾਰ ਆ ਗਿਆ। ਕਿਹਦੀ ਜ਼ੁਰਤ ਆ ਵੀ ਜਿਹੜਾ ਐਸ ਐਚ ਓ ਸ਼ੇਰ ਸਿੰਘ ਦੇ ਘੁਰਨੇ 'ਚ ਲੱਤ ਫਸਾ ਰਿਹਾ? ਜਨਾਬ ਲੱਤ ਨਹੀਂ, ਬੱਕਰਾ ਸਾਫ ਤਾਂ ਅੰਦਰ ਆ ਗਿਆ। ਬਹੁਤ ਚਿਰ ਹੋ ਗਿਆ ਵੀ ਬੱਕਰੇ ਦਾ ਚਾਰ ਖਾਧਿਆਂ ਨੂੰ। ਰੋਕ 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 ਓ ਰੋਕ ਰੋਕ, ਤੈਨੂੰ ਮੈਂ ਕਿਹਾ ਰੋਕ, ਸੁਣਦੇ ਨੀ ਤੈਨੂੰ? ਦੱਬੀ ਤੁਰੀ ਜਾਂਦਾ, ਮੈਂ ਕੰਨ 'ਤੇ ਮਾਰਨੀ ਇੱਕ। ਪਿੱਛੇ ਆੜੇ ਨੇ ਤੇਰੇ ਕੋਲੋਂ ਸੂਤ ਨਹੀਂ ਆਉਣਾ। ਕਾਕਾ ਤੂੰ ਪਹਿਲਾਂ ਆਪਣੀ ਨਿਗਾਹ ਚੈੱਕ ਕਰਾ। ਕਿਉਂ ਜਨਾਬ? ਸਾਲਿਆ ਸੂਰ ਨੂੰ ਬੱਕਰਾ ਹੀ ਦੱਸੀ ਜਾਂਦਾ। ਕਿੱਧਰ ਮੂੰਹ ਚੱਕਿਆ ਉਹ? ਚੜ੍ਹਦੇ ਵੱਲ ਨੂੰ। ਤੇਰੀ ਤਾਂ ਮੈਂ ਕਰਾਉਣਾ ਚੜ੍ਹਾਈ, ਬਾਹਰ ਨਿਕਲ।
ਬਾਹਰ ਨਿਕਲ। ਜਨਾਬ ਮੈਨੂੰ ਤਾਂ ਅੱਗੇ ਤਿੰਨ ਬੰਦਿਆਂ ਨੇ ਮਸੀ ਅੰਦਰ ਵੜਿਆ, ਹੁਣ ਕੱਢਣ ਲਈ ਘੱਟੋ ਘੱਟ ਦੋ ਬੰਦੇ ਤਾਂ ਬੁਲਾਓ। ਮੈਂ ਚਾਰ ਬੰਦੇ ਨਾ ਬੁਲਾ ਲਾ ਤੈਨੂੰ ਮੋਢਿਆਂ ਦੇ ਚੱਕਣ ਲਈ, ਨਿਕਲ ਬਾਹਰ। ਆਏ ਦੱਸ ਸੀਟ ਬੈਲਟ ਕਿਉਂ ਨਹੀਂ ਲਾਈ? ਬੈਲਟ ਤਾਂ ਜਨਾਬ ਮੈਂ ਕਦੀ ਪੈਂਟ ਨੂੰ ਵੀ ਨਹੀਂ ਲਾਈ। ਪੁਲਿਸ ਨੂੰ ਟੀਚਰ ਬੈਲਟ ਕਰਨੀ ਕੀ ਹੈ ਜਦ ਏਅਰ ਬੈਗ ਹੈਗਾ? ਸਾਲਿਆ ਤੇਰੀ ਮਾਂ ਆਲਟੋ ਦੇ ਵਿੱਚ ਏਅਰ ਬੈਗ ਤਾਂ ਆਉਂਦਾ ਹੀ ਨਹੀਂ। ਸਰ ਮੈਂ ਆਪਣੇ ਪਰਸਨਲ ਏਅਰ ਬੈਗ ਦੀ ਗੱਲ ਕਰ ਰਿਹਾ। ਤੂੰ ਮੈਨੂੰ ਗੁੱਸਾ ਨਾ ਚੜਾ, ਨਹੀਂ ਮੈਂ ਪੱਗ ਚੋਂ ਪਿੰਨ ਕੱਢ ਕੇ ਮਿੰਟ ਲਾਉਣਾ ਤੇਰਾ ਏਅਰ ਬੈਗ ਪੈਂਚਰ ਕਰਨ ਲੱਗੇ ਨੇ। ਪਿੱਛੇ ਹਟ। ਆਈਆਂ ਟਿੱਪਣੀਆਂ ਇਕੱਠੀਆਂ ਕੀਤੀਆਂ। ਉਹ ਜਨਾਬ ਇਹ ਟਿੱਪਣੀਆਂ ਨਹੀਂ, ਬੱਚੇ ਆ। ਉਹ ਤਾਂ ਮੈਨੂੰ ਵੀ ਦੇਖਦੇ ਆ। ਇਹ ਸਾਰੇ ਬੱਚੇ ਤੂੰ ਦਿੱਤੇ ਆ? ਨਹੀਂ ਜਨਾਬ, ਮੇਰੀ ਘਰ ਵਾਲੀ ਨੇ ਦਿੱਤੇ ਆ। ਉਹ ਡੰਗਰਾ ਜਿਹਾ ਜਨਾਨੀ ਮਾਰਨੀ ਆ ਨਾ ਤੈਨੂੰ? ਲੋਕਡਾਊਨ 'ਚ ਹੋਰ ਕੰਮ ਕੋਈ ਨਹੀਂ ਸੀ? ਕੰਮ ਤਾਂ ਬਥੇਰੇ ਸੀ ਸਰ, ਪਰ ਮੈਨੂੰ ਆਨਲਾਈਨ ਕਰਨੇ ਨਹੀਂ ਨਾ ਹੁੰਦੇ। ਕੰਮ ਤੈਨੂੰ ਕੋਈ ਆਨਲਾਈਨ ਕਰਨਾ ਨਹੀਂ ਆਉਂਦਾ? ਆਫਲਾਈਨ ਹੋ ਕੇ ਜਨਾਨੀ ਤੇ ਲਾਈਨ ਮਾਰਨੀ ਆਉਂਦੀ ਆ। ਸਰ ਤੁਸੀਂ ਗੁੱਸਾ ਤਾਂ ਐ ਕਰਦੇ ਪਏ ਹੋ ਜਿੱਦਾਂ ਮੈਂ ਕਿਸੇ ਹੋਰ ਦੀ ਜਨਾਨੀ ਤੇ ਲਾਈਨ ਮਾਰਤੀ। ਇਹ ਸਾਰੀਆਂ ਲਹਿਰਾਂ ਬਹਿਰਾਂ ਕਰੋਨਾ ਦੀ ਪਹਿਲੀ ਲਹਿਰ ਦਾ ਹੀ ਨਤੀਜਾ ਲੱਗਦੀਆਂ। ਜਨਾਬ ਹੁਣ ਤਾਂ ਦੂਜੀ ਲਹਿਰ ਵੀ ਲੰਘ ਗਈ। ਹਾਂਜੀ ਜਨਾਬ, ਤਾਂ ਹੀ ਤਾਂ ਹਸਪਤਾਲ ਚੱਲਿਆ, ਮੇਰੀ ਜਨਾਨੀ ਦੀ ਡਿਲੀਵਰੀ ਆ। ਓਏ ਸ਼ਰਮ ਕਰ ਲੈ, ਕੋਈ ਸ਼ਰਮ। ਉਹ ਜਨਾਬ ਦਰਅਸਲ ਗੱਲ ਇੱਦਾਂ ਵੀ ਮੇਰੀ ਜਨਾਨੀ ਨੂੰ ਬੱਚਿਆਂ ਦਾ ਬੜਾ ਸ਼ੌਂਕ ਆ, ਮੈਂ ਤਾਂ ਬਸ ਉਹਦਾ ਸ਼ੌਂਕ ਹੀ ਪੂਰਾ ਕਰ ਰਿਹਾ। ਹਲਿਆ ਹਲਕਿਆ ਤੂੰ ਫਿਰਦਾ ਬਦਨਾਮ ਜਨਾਨੀ ਨੂੰ ਕਰੀ ਜਾਂਦਾ, ਤੈਨੂੰ ਆਪ ਡਿਲੀਵਰੀ ਦੇਣੀ ਪਵੇ ਨਾ ਲੱਗ ਪਤਾ ਜਾ। ਵੈਸੇ ਜਿੱਦਾਂ ਦਾ ਤੇਰਾ ਜਗਰਾਫੀ ਆ, ਮਾਫ਼ ਕਰਨਾ, ਔਖਾ ਸੌਖਾ ਇੱਕ ਅੱਧੀ ਡਿਲੀਵਰੀ ਤਾਂ ਤੂੰ ਦੇ ਸਕਦਾ। ਜਨਾਬ ਫਿਰ ਕੱਟੀਏ ਪਰਚਾ? ਪਰਚਾ ਇਹੋ ਜਿਹੇ ਬੰਦੇ ਨੂੰ ਤਾਂ ਖੁੱਲਾ ਛੱਡਣਾ ਬਹੁਤ ਖਤਰਨਾਕ ਆ। ਘੱਟੋ ਘੱਟ ਇਹਨੂੰ ਇੱਕ ਸਾਲ ਦੇ ਅੰਦਰ ਕਰਾਂਗੇ। ਇੱਕ ਸਾਲ ਲਈ? ਉਹ ਕਿਉਂ? ਸਾਲਿਆ ਤੀਜੀ ਲਹਿਰ ਤਾਂ ਛਾਲਾ ਮਾਰਦੀ ਆ ਰਹੀ ਹੈ, ਜਿਹੜੇ ਹਿਸਾਬ ਨਾਲ ਤੂੰ ਸਪੀਡ ਫੜੀ ਆ, ਦੋ ਚਾਰ ਸਟ੍ਰਿਪੜੀਆਂ ਤਾਂ ਤੂੰ ਬੋਲਣ ਤੇ ਫਿੱਟ ਕਰ ਲਏਗਾ। ਜਨਾਬ ਮੇਰੀ ਗੱਲ ਸੁਣੋ, ਮੈਂ ਇੱਕ ਸਾਲ ਦੇ ਅੰਦਰ ਨਹੀਂ ਰਹਿ ਸਕਦਾ। ਚਲੋ ਫਿਰ ਦੋ ਕਰ ਲੈਣੇ। ਹਾਂ ਇਹ ਸਹੀ ਆ, ਮੈਨੂੰ ਤੇ ਮੇਰੀ ਜਨਾਨੀ ਦੋਨਾਂ ਨੂੰ ਅੰਦਰ ਕਰ। ਤੂੰ ਮੇਥੋਂ ਚਪੇੜਾ ਨਾ ਖਾਲੀ। ਉਹ ਜਨਾਬ ਅੱਗੇ ਪਰੌਂਠੇ ਚਕਾਣ ਡੇ ਸੀ। ਉਹ ਤੂੰ ਬਾਜਾ ਜੇ ਬਚ ਹੁੰਦਾ। ਸਿਰਫ ਬਚਨ ਦਾ ਕੋਈ ਹੀਲਾ ਦੱਸੋ। 50,000? ਨਹੀਂ 50,000 ਸਰ ਜ਼ਿਆਦਾ। ਅੱਛਾ 50,000 ਜ਼ਿਆਦਾ, ਤੇ ਜਿਹੜਾ ਅੰਦਰ ਢੇਰ ਲਈ ਬੈਠਾ ਹੈ ਘੱਟ? ਚਲੋ ਜਨਾਬ ਹਸਪਤਾਲ ਦੇ ਬਿੱਲ ਹੀ ਰੱਖਿਆ ਸੀ, ਤੁਸੀਂ ਲੈ ਲਓ। ਅੱਗੇ ਇੱਕ ਨਿਆਣਾ 50,000 ਚ ਪੈਂਦਾ ਸੀ, ਸਮਝ ਲਾਂਗੇ ਵੀ ਇਸ ਵਾਰੀ ਲੱਖ ਚ ਪੈ ਗਿਆ। ਚਲੋ ਸ਼ਾਬਾਸ਼, ਵਧੋ ਵਧੋ ਵਧੋ। ਸਾਫ ਕਰਨੇ? ਜੀ ਸਰ। ਡੀਜੀਪੀ ਸਾਹਿਬ ਦਾ ਹੁਕਮ ਹੈ ਕਿ ਸਾਰੇ ਨਾਕਿਆਂ ਤੇ ਸਖਤੀ ਵਧਾ ਦਿਓ। ਸਾਨੂੰ ਸਾਰੇ ਇਲਾਕੇ 'ਚ ਪੂਰੀ ਤਰ੍ਹਾਂ ਅਮਨ ਸ਼ਾਂਤੀ ਚਾਹੀਦੀ ਹੈ। ਹਾਂ ਸਰ ਜੀ। ਹਾਂ ਦੱਸ ਸਰ, ਕੀ ਗੱਲ ਹੈ? ਗਿੱਲ ਸਾਹਿਬ ਆਏ ਹਨ। ਅੱਛਾ ਅੱਛਾ, ਉਹਨਾਂ ਨੂੰ ਬਿਠਾਓ ਔਰ ਚਾਹ ਪਿਲਾਓ। ਜੀ ਮੈਂ ਆਇਆ। ਔਰ ਬਾਕੀ ਮੈਂ ਕਹਿਣਾ ਭੁੱਲ ਗਿਆ ਕਿ ਜਿਹੜੀਆਂ ਮੇਰੀਆਂ ਫਾਈਲਸ ਹੈ ਨਾ, ਅਰਜੈਂਟ ਫਾਈਲਸ। Thank you. Welcome. ਹਾਂਜੀ ਗਿੱਲ ਸਾਹਿਬ। ਓ ਸਰ, ਤੈਨੂੰ ਕਿੰਨੀ ਵਾਰ ਕਿਹਾ ਕਿ ਮੈਨੂੰ ਬਹੁਤਾ ਸਰ ਸਰ ਨਾ ਕਰਿਆ ਕਰ, ਬੈਠ। ਜੀ ਮੈਂ DIG ਮਹਿਕਮੇ ਵਾਸਤੇ ਆ, ਤੇਰੇ ਵਾਸਤੇ ਨਹੀਂ। ਯਾਰ ਤੂੰ ਤਾਂ ਮੇਰਾ ਬਚਪਨ ਦਾ ਯਾਰ ਹੈ, ਨਾਲੇ ਇਸ ਵਕਤ ਆਪਾਂ ਦੋਨੋਂ ਵਰਦੀ ਚ। ਜੀ ਸਰ। ਫਿਰ ਸਰ
ਟੰਡਨ ਸਾਹਿਬ ਤੁਹਾਨੂੰ ਸਰ ਕਹਿੰਦੇ ਹੋਏ ਮੈਨੂੰ ਬੜਾ ਮਾਣ ਆਉਂਦਾ ਤੁਹਾਡੇ ਤੇ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ? ਹਾਂਜੀ। ਸਿਆਣੇ ਕਹਿੰਦੇ ਆ ਕਿ ਜੇ ਇੱਕ ਲੰਬੜਦਾਰ ਤੇ ਪੁਲਿਸ ਵਾਲਾ ਇੱਕ ਦੂਜੇ ਦੇ ਮੱਥੇ ਲੱਗਣ ਨਾਲ ਸੁੱਖ ਨਹੀਂ ਹੈਗਾ, ਪਰ ਇਹ ਕਹਾਵਤ ਆਪਣੇ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਆਪਾਂ ਦੋਨੋਂ ਹੀ ਪੁਲਿਸ ਵਾਲੇ। ਸੋ ਇਸ ਦਾ ਮਤਲਬ ਹੈ ਇੱਕ ਪੁਲਿਸ ਵਾਲਾ ਦੂਜੇ ਪੁਲਿਸ ਵਾਲੇ ਦੇ ਮੱਥੇ ਲੱਗ ਸਕਦਾ ਜੀ। ਹੋਰ ਸੁਣਾ, ਸਵੇਰੇ ਸਵੇਰੇ ਆਇਆ, ਸਭ ਸੁੱਖ ਹੈ ਨਾ? ਕਾਹਦੀ ਸੁੱਖ ਜੀ, ਬਸ ਇਸ ਤਰ੍ਹਾਂ ਸਮਝ ਲਓ ਕਿ ਸੱਪ ਦੇ ਮੂੰਹ ਚ ਕੋੜ ਕਿਰਲੀ ਆ ਗਈ। ਤੇਰੀ ਕਹਾਵਤ ਤੋਂ ਇਹ ਤਾਂ ਮੈਂ ਸਮਝ ਗਿਆ ਕਿ ਅਵਤਾਰ ਸਿੰਘ ਗਿੱਲ ਸੱਪ ਹੈ, ਪਰ ਇਹ ਕੋੜ ਕਿਰਲੀ ਕੌਣ ਹੈ? ਮੈਨੂੰ ਤਾਂ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਕੋੜ ਕਿਰਲੀ ਮੇਰਾ ਆਪਣਾ ਜਵਾਈ SHO ਸ਼ੇਰ ਸਿੰਘ ਹੈ। ਓਹੋ, ਹੁਣ ਕੀ ਹੋਇਆ? ਸਰ ਇਹ ਆਮ 50,000 ਦੀ ਰਿਸ਼ਵਤ ਲੈਂਦਾ ਹੋਇਆ ਵੀਡੀਓ 'ਚ ਕੈਪਚਰ ਹੋ ਗਿਆ, ਦਿਖਾਉਣਾ ਇੱਕ ਮਿੰਟ ਦੇਖੋ। ਇਹ ਵੀਡੀਓ ਕਿੰਨੇ ਬਣਾਈ ਹੈ? ਇੱਕ ਬੱਚੇ ਨੇ ਸ਼ੂਟ ਕੀਤਾ। ਅਵਤਾਰ ਸਿੰਘ ਜੀ, ਇਸ ਤੋਂ ਪਹਿਲਾਂ ਵੀ ਮੈਨੂੰ ਸ਼ੇਰ ਸਿੰਘ ਦੀ ਕਰਤੂਤਾਂ ਬਾਰੇ ਕਿੰਨੀ ਵਾਰੀ ਪਤਾ ਲੱਗ ਚੁੱਕਿਆ, ਲੇਕਿਨ ਸਿਰਫ ਤੇਰੀ ਦੋਸਤੀ ਕਰਕੇ ਮੈਂ ਇਗਨੋਰ ਕੀਤੀਆਂ। ਪਰ ਹੁਣ ਤਾਂ ਪਾਣੀ ਸਿਰੋਂ ਟੱਪ ਗਿਆ। ਸਰ ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ। ਉਹਦੀਆਂ ਕਰਤੂਤਾਂ ਬਾਰੇ ਤੁਹਾਡੇ ਕੰਨ ਤੱਕ ਕੋਈ ਹੋਰ ਪਹੁੰਚਾਏ, ਉਸ ਤੋਂ ਅੱਛਾ ਉਹਦਾ ਕੱਚਾ ਚਿੱਟਾ ਮੈਂ ਹੀ ਕਿਉਂ ਨਾ ਤੁਹਾਡੇ ਸਾਹਮਣੇ ਖੋਲਦਾ। ਸ਼ੇਰ ਸਿੰਘ ਨੇ ਸ਼ਰਿਆਮ ਸੜਕ ਤੇ ਰਿਸ਼ਵਤ ਲੈ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਗਲਤੀ ਤਾਂ ਮੇਰੇ ਹੋਈ ਹੈ ਜੀ, ਉਹਨੂੰ ਥਾਣਾ ਸਦਰ ਦਾ ਇੰਚਾਰਜ ਬਣਾ ਕੇ। ਪਰ ਅਵਤਾਰ ਸਿੰਘ, ਹੁਣ ਆਪਾਂ ਪ੍ਰੈਸ ਨੂੰ ਕੀ ਜਵਾਬ ਦੇਵਾਂਗੇ? ਸਰ ਜਵਾਬ ਤਾਂ ਉਹਨੂੰ ਮੈਂ ਦਊਂਗਾ ਨੌਕਰੀ ਤੋਂ ਕੱਢ ਕੇ। ਅਵਤਾਰ ਸਿੰਘ, ਤੇਰੇ ਵਰਗੇ ਇਮਾਨਦਾਰ ਪੁਲਿਸ ਅਫਸਰ ਤੇ ਤਾਂ ਪੰਜਾਬ ਪੁਲਿਸ ਨੂੰ ਮਾਣ ਹੈ, ਪਰ ਹੁਣ ਇਹ ਸ਼ੇਰ ਸਿੰਘ ਹੈ ਕਿੱਥੇ? ਹੋਊਗਾ ਕਿਤੇ, ਕਿਸੇ ਗਰੀਬ ਆਦਮੀ ਤੇ ਫੋਕਾ ਰੋ ਪਾਉਂਦਾ। ਵੈਸ਼ਨੂੰ ਢਾਬਾ ਭੁਰਜੀ ਤਾਂ ਪੱਕਾ ਬਣਾਉਂਦੇ ਹੋਣੇ, ਕਰਦੇ ਆ ਗੱਲ। SHO ਸ਼ੇਰ ਸਿੰਘ, ਉਹਨੂੰ ਵੀਡੀਓ ਕਾਲ ਮਿਲਾ। ਉਹ ਕੋਈ ਹੈ ਸਾਹਿਬ ਦੇ ਮਾਣ ਸਤਿਕਾਰ ਲਈ? ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ, ਢਾਬਾ ਤੇਰਾ? ਸਾਡਾ ਕਾਦਾ ਜੀ, ਤੁਹਾਡਾ ਹੀ। ਸੋਹਣਾ ਢਾਬਾ ਬਈ, ਤੁਹਾਡੀ ਕਿਰਪਾ ਹੈ ਜੀ। ਸਾਲਿਆ, ਕਿਰਪਾ ਨੂੰ ਮੈਂ ਮਿਸਤਰੀ ਹਾਂ, ਵੀ ਮੈਂ ਪਾਇਆ। ਆ ਢਾਬੇ ਦੀ ਪਿਛਲੀ ਜਗ੍ਹਾ, ਇਹ ਵੀ ਤੇਰੀ ਆ? ਜਗ੍ਹਾ ਵੇਚ ਕੇ ਤਾਂ ਜੀ ਢਾਬਾ ਪਾਇਆ। ਟਿੱਚਰ ਮਹਿੰਗੀ ਪੈਂਦੀ ਆ। ਜਨਾਬ ਗੁੱਸਾ ਕਾਹਤੋਂ ਕਰਦੇ ਹੋ? ਤੁਸੀਂ ਬੈਠੋ, ਮੈਂ ਤੁਹਾਡੇ ਲਈ ਦੁੱਧ ਚਪੱਤੀ ਪਾ ਕੇ ਲਿਆ। ਓਏ ਇੱਕ ਮਿੰਟ, ਗੱਲ ਤਾਂ ਸੁਣ, ਤੂੰ ਦੁੱਧ ਚਪੱਤੀ ਰਹਿਣ ਦੇ, ਸਿੱਧੀ ਢਾਬੇ ਚ ਪੱਤੀ ਪਵਾ ਮੇਰੀ। ਹੈ ਜੀ? ਮੇਰਾ ਮਤਲਬ ਹਿੱਸਾ ਪੱਤੀ। ਕਿੰਨਾ ਕੁ ਚੱਲਦਾ ਢਾਬਾ? ਜਿਸ ਹਿਸਾਬ ਨਾਲ ਪੁਲਿਸ ਦੀਆਂ ਵੰਗਾਰਾਂ ਪੈ ਰਹੀਆਂ ਨੇ ਜੀ, ਉਸ ਹਿਸਾਬ ਨਾਲ ਵੀ ਇੱਕ ਦਿਨ ਚੱਲਦਾ ਹੋ ਜੂ। ਫੇਰ ਟਿੱਚਰ, ਫੇਰ ਪੁੱਛਣਾ ਟਿੱਚਰ। ਸਰ SSP ਸਾਹਿਬ ਦੀ ਵੀਡੀਓ ਕਾਲ ਆ ਰਹੀ ਹੈ। ਸੋਹਰਾ ਸਾਹਿਬ, ਹਾਂਜੀ ਸੋਹਰਾ ਸਾਹਿਬ, ਮੇਰਾ ਮਤਲਬ SSP ਸਾਹਿਬ। ਓਏ, ਤੇਰੇ ਨੂੰ ਜ਼ਿਆਦਾ ਤਹਿਜ਼ੀਬ ਤਾਂ ਹੌਲਦਾਰ ਨੂੰ ਹੁੰਦੀ ਹੈ। ਕਾਸ਼ ਆਪਣੀ ਕੁੜੀ ਨੂੰ ਤੇਰੇ ਲੜ ਲਾਉਣ ਨਾਲੋਂ ਪਹਿਲਾਂ ਕਿਸੇ ਹੌਲਦਾਰ ਨਾਲ ਵਿਆਹਤੀ ਹੁੰਦੀ। ਮਾਫ ਕਰਨਾ, ਵਿਆਹੀ ਤਾਂ ਤੁਸੀਂ ਹੌਲਦਾਰ ਨਾਲ ਹੀ ਸੀ, ਇਹ ਵੱਖਰੀ ਗੱਲ ਹੈ। ਅੱਜ ਉਹ ਹੌਲਦਾਰ ਸ਼ੇਰ ਸਿੰਘ SHO ਦੀ ਪਦਵੀ ਤੇ, ਉਹ ਵੀ ਆਪ ਦੀ ਕਿਰਪਾ ਨਾਲ। ਪਾਪਾ ਜੀ, ਬਹੁਤ ਜਲਦ ਤੂੰ ਫੇਰ ਹਵਲਦਾਰ ਦੀ ਕੁਰਸੀ ਤੇ ਵਿਰਾਜਮਾਨ ਹੋਏਗਾ ਬਰਖੁਰਦਾਰ, ਉਹ ਵੀ ਪਾਪਾ ਜੀ ਦੀ ਕਿਰਪਾ ਨਾਲ। ਮੈਂ ਸਮਝਿਆ ਨੀ। ਮੇਰੇ ਦਫ਼ਤਰ ਜਾਣ ਤੋਂ ਪਹਿਲਾਂ ਘਰੇ ਆ ਕੇ ਰਿਪੋਰਟ ਕਰ। ਸਮਝਿਆ ਨੀ? ਬੜਾ ਬਦਤਮੀਜ਼ ਹੈ। ਇਹਨੂੰ ਕੀ ਹੋ ਗਿਆ? ਅਜੇ ਤਾਂ ਧੀ ਦਿੱਤੀ ਹੋਈ ਆ, ਜੇ ਕਿਤੇ ਲਿੱਤੀ ਹੁੰਦੀ ਫੇਰ ਪਤਾ ਨੀ ਕੀ ਕਰਦਾ। ਮੇਰੇ ਘਰੇ ਪਹੁੰਚ, ਸਿੱਧਾ ਨੀ ਕਹਿ ਸਕਦਾ ਸੀ ਵੀ ਸਹੁਰੇ ਪਹੁੰਚ। SHO ਸ਼ੇਰ ਸਿੰਘ,
SHO शेर सिंह हूं जा फेर दी जावे पैसे खानी है जिंग SHO शेर सिंह SHO शेर सिंह वांग जलेबी सिद्धा साता है नी कोई बड़विंग SHO 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 शेर सिंह SHO शेर सिंह SHO शेर सिंह SHO शेर सिंह तर ले सोरे दिए नारे जवाई तेरा घर आ गया चा तर ले पापा जी पापा कमाल है मैनू घरे बुला के आप कितने दफ्तर तो नहीं चले गए ओए घर च कोई है जवाई राजा का स्वागत कर ली कि नहीं सच कहा सियाणे ने बई ये सोहरियों तो इज्जत करवानी है ना कदे भी कल्ले ना जाओ जदों भी जाओ उन्हां दी धी नूं नाल लेके जाओ कल्ले जवाई नूं तां सोहरे बेरां वट्टे नहीं पुछदे पर साढ़े सहरे इस गलों चंगे ने बेरा वट्टे पुछन चाहे ना पुछन पर सेबा वट्टे जरूर पुछदे रुक जा ओथे ही रख दे सेब जिथों चुकया की कहा ठीक सुनया तो रख दे सेब टेबल ते एनी बेरुखी अज सवेरे भी फोन ते तुहाडे सुर बदले ही लगदे सी मैं तैनू कवाली सुना रहा जेड़ा तू मेरे सुर पर खरे कोई अपने जवाई नाल भी एनी उची वाच गल करदा हुंदा मैं इत्थे तेरा फादर इन लॉ नहीं तेरा अफसर तेरे नाल गल कर रहा फिर तो मैं ये भी नहीं कह सकता भी अफसर होवोंगे अपने घरे होवोंगे मेरा मतलब तुसी तो ऑलरेडी अपने घरे खड़े हो पर पता तो लगे किस गल का गुस्सा चढ़े तुहानू ओए गुस्सा ना चढ़ावा तो होर तेरे गल च हार पाओ कहां के बाहरों फूल बरसाओ मेरा महबूबा है या किसी बड़े गिरोह का पर्दाफाश कर गया ओ हुण कुछ दसोंगे भी क्यों ही झग जी कढ़ी आओगे ओए मैनू तो दसदिया भी शर्म आउंदी है तू दस जेड़ी करतूत तू कीती है तेरी करनी बनदी सी ओ केड़ी करतूत जेड़ी तू कीती है ओ जेड़ी कीती है दस दियो एवी तीन चार होर करतूतां गणा दूंगा मैं अपनी तैनू शर्म नहीं आई 50,000 रुपए की रिश्वत लेंदे हो पापा जी सानू थानेदारां नू 50,000 तो बाद दिंदा कौन मेरा मतलब तुसी किस 50,000 की गल कर रहे हो वो 50,000 जेड़े तू कल सड़क ते खड़ा होके गिन रहा सी होशियां दी तरह ओ 50,000 ओ तो पापा जी मेरे अपने पैसे सी जेड़े मैं गिन रहा सी अच्छा तेरे अपने सी हां एक मिनट इस वीडियो विच तां तू उस बंदे कोलों पैसे फड़ रहे हैं ए केड़े पैसे सी ए भी मेरे ही पैसे हैं पापा जी इस बंदे दा मेरा लेन देन चलदा ओने मेरे कोलों उधार फड़े सी ते विच वापस कर तेनू शर्म नहीं आती झूठ ते झूठ बोली जा रहा तू ओए तू इस वर्दी ते जिन्ने दाग लाने सी ला चुका है बस तू इस वर्दी दे लायक नहीं है शेर सिंह की कह रहे हो पापा जी आई एम सॉरी टू से यू आर सस्पेंडेड शेर सिंह ये तो अड्डा आखिरी फैसला यस सोच लो की सोच लो आही भी सस्पेंड होने तो बाद मैं की करूंगा तू कर बैठेगा मैं सारी दाड़ी तो घर बैठ के की करूंगा ओए मेरे करनी ओए तू अपने घर बैठेगा नाउ गेट आउट गो गो कैसा बंदा है यार इस मूर्ख नू पुलिस च भर्ती किने कीता मैं ही कीता सी ओए तू इस वर्दी ते जिन्ने दाग लाने सी ला चुका बस तू इस वर्दी दे लायक नहीं है शेर सिंह
आई एम सॉरी टू से यू आर सस्पेंडेड शेर सिंह आके जुलूस कड्या शाबाश है प्रीतम कुरे तेरे शाबाश है आखिया की जुलूस कड्या और मेरा जुलूस निकले तेरे करके ने मैं की कीता है हजे पूछ दिया मैं की कीता सारा कीता कराई तेरा ना उस दिन SHO शेर सिंह तेरी गल मानदा ते ना ओनु आ दिन देखने पेंदे हाय हाय की बोली जाने हो सच कह सियाणियां ने नवी बॉडी ते नवा बाल जिमे गजालो उसे चाल कसूर ता साला मेरा जेड़ी आउंदी है सिर चढ़ा सोचदा सी बेबे एमी बोली जांदी है अज पता लग गया सच कहंदी सी मेरी मां ना हुन बिच मां कित्थों खड़ी सली कसीट अपनी मां नु मेरी मां नु कसीटण ली तैनू उपर जाना पैना वैसे तू उपर जा ही आ घटो घट मेरा खेड़ा तां छुट्टू अच्छा अज खेड़ा चढ़ाउण नु फिरदे हो भुखे मरदे सी तुसी ए तां शुक्र करो मेरे पिओ SSP ने थानू थानेदार लवाता नहीं तां तुसी थाने दे विच चपड़ासी लगण दे काबिल भी नहीं सी ओ जे लवाया उहने सी ते कढ्या भी उहने ही आ दोहां ने रल के मेरा पट्ठा पटाता देखियो थानू पिओ धी नु ਪੰਜਾਬ ਪੁਲਿਸ ਦੀ ਹਾਂ ਲੱਗਣੀਆਂ ਜਿਨ੍ਹਾਂ ਨੇ ਪੰਜਾਬ ਪੁਲਿਸ ਤੋਂ ਇੱਕ ਹੋਣਹਾਰ ਅਫਸਰ ਖੋਲਿਆ ਹੋਣਹਾਰ ਅਫਸਰ ਖੋਲਿਆ ਤੁਰਿਆ ਜਾਂਦਾ ਨਹੀਂ ਫਿੱਟੇ ਮੂੰਹ ਗੋਡਿਆਂ ਦਾ ਮੈਂ ਜਦੋਂ ਰਿਸ਼ਵਤ ਲੈ ਰਹੇ ਸੀ ਉਦੋਂ ਦੇਖ ਲੈਂਦੇ ਵੀ ਆਲੇ ਦੁਆਲੇ ਕੀ ਚੱਲ ਰਿਹਾ ਮੈਨੂੰ ਕੀ ਪਤਾ ਜਦੋਂ ਮੈਂ ਪੈਸੇ ਗਿਣ ਰਿਹਾ ਸੀ ਸਾਲਾ ਮੇਰੀ ਕੋਈ ਵੀਡੀਓ ਬਣਾ ਰਿਹਾ ਮੈਂ ਆਪਣੀ ਜ਼ਿੰਦਗੀ ਵਿੱਚ ਨਾ ਤੁਹਾਡੇ ਜਿੰਨਾ ਹੋਸ਼ਾ ਬੰਦਾ ਨਹੀਂ ਦੇਖਿਆ ਹੈ ਅਖੇ ਭੁੱਖੇ ਜੱਟ ਨੂੰ ਕਟੋਰਾ ਤੇ ਆਇਆ ਪਾਣੀ ਪੀ ਪੀ ਅਫਰਿਆ ਨਾ ਤੁਹਾਨੂੰ ਕਾਦੀ ਕਾਲੀ ਸੀ ਵੀ ਉੱਥੇ ਬੈਠ ਕੇ ਨੋਟ ਗਿਣਨੇ ਨੇ ਘਰੇ ਆ ਕੇ ਗਿਣ ਲੈਂਦੇ ਸਾਰਾ ਤੇਰੇ ਹੀ ਪਿੱਛੇ ਆਪਾਂ ਕਰਦਾ ਸੀ ਘਰੋਂ ਚੱਲਣ ਲੱਗੇ ਨੂੰ ਤੁਹਾਨੂੰ ਤੁਨ ਕੇ ਤੋਰਿਆ ਸੀ ਅਖੇ ਅੱਜ ਮੈਂ ਸੈੱਟ ਲੈਣਾ ਪੂਰੇ 50,000 ਲੈ ਕੇ ਆਈਓ ਨਹੀਂ ਮੈਥੋਂ ਬੁਰਾ ਕੋਈ ਨਹੀਂ ਆਪ ਸੈੱਟ ਹੁੰਦੀ ਨੇ ਮੈਨੂੰ ਆਪ ਸੈੱਟ ਕਰਕੇ ਧਰਤਾ ਅਖੇ ਮੈਥੋਂ ਬੁਰੀ ਕੋਈ ਨਹੀਂ ਅੱਜ ਪਤਾ ਚੱਲਿਆ ਤੇ ਤੋਂ ਵਾਕਈ ਕੋਈ ਬੁਰੀ ਨਹੀਂ ਹੋਣੀ ਉਹ ਚੰਗਾ ਰਹਿਣ ਦੋ ਗੁੱਸੇ ਨੂੰ ਤੁਸੀਂ ਏਦਾਂ ਕਰੋ ਫੋਨ ਤੇ ਮੇਰੇ ਪਾਪਾ ਤੋਂ ਸੌਰੀ ਮੰਗ ਲਓ ਉਹ ਤੁਹਾਨੂੰ ਮਾਫ਼ ਕਰ ਦੇਣਗੇ ਮੈਂ ਮਾਫ਼ੀ ਮੰਗਾਂ ਮਾਫ਼ੀ ਮੰਗਦੇ ਆ ਮੇਰੀ ਜੁੱਤੀ ਤੁਸੀਂ ਹੈ ਹੀ ਜੁੱਤੀਆਂ ਦੇ ਕਾਬਲ ਕੀ ਬਕਵਾਸ ਕਰ ਰਹੀ ਹਾਂ ਤੁਸੀਂ ਏਦਾਂ ਕਰੋ ਹੁਣ ਜੇ ਪਿਓ ਦੇ ਪੁੱਤੋ ਨਾ ਤਾਂ ਇਸੇ ਗੱਲ ਤੇ ਰਹੋ ਵੀ ਮੇਰੇ ਪਿਓ ਨੂੰ ਫੋਨ ਨਾ ਕਰਿਓ ਮੈਂ ਦੇਖਦੀ ਹਾਂ ਤੁਹਾਡਾ ਕਿਹੜਾ ਪਿਓ ਤੁਹਾਨੂੰ ਬਹਾਲ ਕਰਾਉਂਦਾ ਹੈ ਨਾ ਕਿਹੜੇ ਪਿਓ ਨੂੰ ਮੇਰੇ 7-8 ਪਿਓ ਨੇ ਇਹ ਤਾਂ ਤੁਹਾਨੂੰ ਪਤਾ ਹੋਣਾ ਗਿਣਦੇ ਰਹੋ ਨਾਲੇ ਮੈਂ ਆਪਣੀ ਸਹੇਲੀਆਂ ਨਾਲ ਮਾਰਕੀਟ ਚੱਲੀ ਹਾਂ ਥੋੜਾ ਲੇਟ ਹੋ ਜੂੰਗੀ ਮੈਂ ਤਾਂ ਕਦੋਂ ਦਾ ਚਾਹੁੰਦਾ ਤੂੰ ਲੇਟ ਹੋ ਹੀ ਜਾਵੇਂ ਤਾਂ ਕਿ ਲੋਕ ਕਹਿਣ ਤਾਂ ਸਹੀ ਲੇਟ ਮਿਸਟਰ ਸ਼ੇਰ ਸਿੰਘ ਕੀ ਕਹਿ ਰਹੇ ਹੋ ਮੈਂ ਕਹਿ ਰਿਹਾ ਸੀ ਜੇ ਤੂੰ ਲੇਟ ਹੋ ਹੀ ਜਾਣਾ ਇੱਕ ਦੋ ਦਿਨ ਬਾਹਰ ਹੀ ਕੱਟੇ ਆਹੋ ਤੁਸੀਂ ਤਾਂ ਮੈਨੂੰ ਭੇਜ ਕੇ ਹੀ ਰਾਜੀ ਹੋ ਕਿਉਂਕਿ ਅੱਜ ਤੁਹਾਡੇ ਸ਼ਰਾਬੀ ਸਾਰੇ ਨੇ ਜੋ ਆਉਣਾ ਤੁਸੀਂ ਦੋਹਾਂ ਨੇ ਬੈਠ ਕੇ ਪੈਗ ਜੋ ਲਾਉਣਾ ਹੋਣਾ ਜਾ ਜਾ ਕੰਮ ਕਰ ਆਪਣਾ ਆ ਜਾ ਹੀ ਰਹੀ ਆ ਮੈਂ ਨਾਲੇ ਗੱਲ ਸੁਣੋ ਉਹ ਹੈਪੀ ਅੰਦਰ ਸੁੱਤਾ ਪਿਆ ਉਹਨੂੰ ਜਗਾਇਓ ਨਾ ਹਾਏ ਰੱਬਾ ਸਾਲਾ ਕਿਹੋ ਜਿਹਾ ਬਗਲੋਲ ਜੰਮਿਆ ਨਾ ਸਾਲਾ ਆਪ ਜਾਗਦਾ ਤੇ ਨਾ ਉਹਦੀ ਕਿਸਮਤ ਜਾਗਦੀ ਆਏ ਹਾਏ ਹੌਲੀ ਬੋਲੋ ਤੇ ਹੁਣ ਮੈਂ ਆਪਣਾ ਸੰਗ ਘੁੱਟ ਲਵਾਂ ਪਤਾ ਨਹੀਂ ਸਾਲੇ ਕਿਹੜੇ ਚਾਵਲ ਨੇ ਕਹਾਵਤ ਬਣਾਈ ਆ ਕਿ ਬੰਦੇ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਇੱਥੇ ਇੱਕ ਔਰਤ ਨੇ ਐਸੇ ਹੱਥ ਦਿਖਾਏ ਸਾਲੇ ਪਿਓ ਪੁੱਤ ਰੋਲ ਕੇ ਧਰਤੇ ਬੋਲੀ ਜਾਓ ਪਤਾ ਨਹੀਂ ਮਾਂ ਨੇ ਕੀ ਖਾ ਕੇ ਜੰਮਿਆ ਸੀ ਕਾਂ ਖਾ ਕੇ ਜੰਮਿਆ ਸੀ ਕੀ ਖਾ ਕੇ ਜੰਮਿਆ ਨਮਸਤੇ ਜੀ ਨਮਸਤੇ ਹੋਰ ਫਿਰ ਘੁੰਗਰੂ ਵੱਜੀ ਜਾਂਦਾ ਹਾਂ ਜੀ ਵੱਜੀ ਜਾਂਦਾ ਜੀ ਤੁਸੀਂ ਠੀਕ ਹੋ ਜੀ ਚੜੀ ਫਿਰ ਤੇਰੇ ਵਿਆਹ ਦੀ ਕੋਈ ਗੱਲਬਾਤ ਸਿਰੇ ਓ ਨਹੀਂ ਜੀ ਸਾਹਿਬ ਜੀ ਤਾਂ ਚਾੜਦੇ ਨਹੀਂ ਸਿਰੇ ਤੁਸੀਂ ਇਹ ਚਾੜੋਗੇ ਜੀ ਕੋਈ ਨਾ ਮੈਂ ਦੇਖਦੀ ਹਾਂ ਪਾਪਾ ਜੀ ਕਿੱਥੇ ਨੇ ਉਹ ਅੰਦਰ ਹੀ ਨੇ ਜੀ ਠੀਕ ਹੈ ਜੀ ਆਓ ਆਓ ਪੁੱਤਰ ਜੀ ਆਓ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਆ ਮੰਮੀ ਨਜ਼ਰ ਨਹੀਂ ਆਉਂਦੇ ਉਹ ਆ ਜੂਗੀ ਬਸ ਹੁਣ ਗੁਰਦੁਆਰਾ ਸਾਹਿਬ ਗਈ ਹੈ ਮੱਥਾ ਟੇਕ ਅੱਛਾ ਅੱਛਾ ਮੈਂ ਮਾਰਕੀਟ ਚੱਲੀ ਸੀ ਸੋਚਿਆ ਮੰਮਾ ਨੂੰ ਪੁੱਛ ਲਾਂ ਕੋਈ ਚੀਜ਼ ਤਾਂ ਨਹੀਂ ਚਾਹੀਦੀ ਬਈ ਇਹ ਤਾਂ ਹੁਣ ਉਹਦੇ ਆਉਣ ਤੋਂ ਬਾਅਦ ਹੀ ਪਤਾ ਚੱਲੂਗਾ ਹਾਂ ਹਾਂ ਬੈਠ ਹੋਰ ਸੁਣਾ ਸ਼ੇਰ ਸਿੰਘ ਦਾ ਕੀ ਹਾਲ ਹੈ ਵਧੀਆ ਨੇ ਪਾਪਾ ਜੀ ਵਧੀਆ ਇਹ ਕੀ ਕਹਿ ਰਹੀ ਹੈ ਉਹਨੂੰ ਕੋਈ ਅਫਸੋਸ ਨਹੀਂ ਐਡਾ ਵੱਡਾ ਕਾਂਡ ਕਰ ਦਿੱਤਾ ਮਹਿਕਮੇ ਜਲੂਸ ਨਿਕਲਿਆ ਪਿਆ ਪੂਰਾ ਸ਼ਰਮ ਨਹੀਂ ਆਈ ਸਸਪੈਂਡ ਹੋ ਕੇ ਘਰੇ ਬਹਿ ਗਿਆ ਹਾਲੇ ਤਾਂ ਕਹਿੰਦੇ ਸੀ ਮੇਰੀ ਪ੍ਰਮੋਸ਼ਨ ਹੋ ਜਾਣੀ ਹੈ ਮੈਂ ਪਾਪਾ ਜੀ ਦੇ ਨਾਲ ਵਾਲੇ ਕਮਰੇ 'ਚ ਬੈਠਿਆ ਕਰੂੰਗਾ ਮੱਲੇ ਤੇਰੇ ਹੈਂ ਲੈਣੀਆਂ ਰਿਸ਼ਵਤਾਂ ਰੋਲ ਭਗਤ ਸਿੰਘ ਵਾਲੇ ਮੈਂ ਸਾਰੀ ਜ਼ਿੰਦਗੀ ਇਸ ਵਰਦੀ ਤੇ ਦਾਗ ਨਹੀਂ ਲੱਗਣ ਦਿੱਤਾ ਉਹਨੇ ਸਾਰੀ ਦੀ ਸਾਰੀ ਵਰਦੀ ਦਾਗ ਦਾਗ ਕਰਤੀ ਪਾਪਾ ਜੀ ਚੰਗੇ ਸੀ ਉਹ ਆਫਿਸ ਜਾਂਦੇ ਸੀ ਹੁਣ ਸਾਰਾ ਦਿਨ ਘਰੇ ਬੈਠੇ ਰਹਿੰਦੇ ਨੇ ਮੇਰੇ ਨਾਲ ਲੜੀ ਜਾਂਦੇ ਨੇ ਉਹਨੂੰ ਸਮਝਾ ਦੇ ਖਬਰਦਾਰ ਜੇ ਮੇਰੀ ਧੀ ਨੂੰ ਤੰਗ ਕੀਤਾ ਅਜੇ ਸਿਰਫ ਸਸਪੈਂਡ ਕਰਾਇਆ ਅੰਦਰ ਕਰਾ ਦੂੰ ਉਹਨੂੰ ਚਲੋ ਛੱਡੋ ਪਾਪਾ ਜੀ ਕੁੱਕੜ ਵੀਰ ਨਹੀਂ ਆਇਆ ਪਿੰਡੋਂ
ਉਹਦਾ ਵੀ ਸਰਿਆ ਹੀ ਪਿਆ। ਪਿਛਲੇ ਹਫ਼ਤੇ ਫੋਨ ਆਇਆ ਸੀ, ਆਖੇ ਪਾਪਾ ਜੀ ਦਰਵਾਜ਼ਾ ਖੋਲੋ ਮੈਂ ਬਾਹਰ ਖੜਾ। ਮੈਂ ਬਾਹਰ ਗਿਆ, ਕੋਈ ਹੈ ਹੀ ਨਹੀਂ ਸੀ। ਸਹੀ ਗੱਲ ਹੈ, ਅੱਜ ਮੈਨੂੰ ਵੀ ਫੋਨ ਆਇਆ, ਕਹਿੰਦਾ ਮੈਂ ਭੈਣੇ ਤੇਰੇ ਕੋਲ ਆ ਰਿਹਾ, ਹੁਣ ਦੇਖਦੀ ਹਾਂ ਆਉਂਦਾ ਕਿ ਨਹੀਂ। ਪਤਾ ਨਹੀਂ ਕੀ ਤੇ ਗਿਆ, ਕਿਸੇ ਨਾਂ ਨਹੀਂ ਰਲਦਾ ਉਹ ਬਸ। ਚਲੋ ਠੀਕ ਹੈ ਪਾਪਾ ਜੀ, ਮੈਂ ਫਿਰ ਹੁਣ ਚੱਲਦੀ ਹਾਂ, ਜਦੋਂ ਮੰਮੀ ਆਉਣਗੇ ਤਾਂ ਮੇਰੀ ਗੱਲ ਜ਼ਰੂਰ ਕਰਵਾ ਦਿਓ। ਚੱਲ ਠੀਕ ਹੈ। ਚਲੋ ਠੀਕ ਹੈ ਪਾਪਾ ਜੀ, ਜਿਉਂਦੀ ਰਹਿ ਪੁੱਤ। ਹਾਂਜੀ ਜਿਉਂਦੀ ਰਹਿ। ਓਏ ਚਾਹ ਲੈ ਆ ਹੁਣ। ਬਈ ਕਮਾਲ ਹੈ, ਮੈਂ ਤੇ ਕੁਸ ਕੇ ਹੀ ਨਹੀਂ। ਫਿਰ ਅੱਜ ਕੁੰਭਕਰਨ ਸਾਹਿਬ ਦੀ ਅੱਖ ਕਿਵੇਂ ਖੁੱਲ ਗਈ? ਸਤਿ ਸ਼੍ਰੀ ਅਕਾਲ ਡੈਡੀ ਜੀ। ਜਿਉਂਦਾ ਰਹਿ ਡੈਡੀ ਜੀ। ਇੰਨੀ ਸੋਹਣੀ ਚੀਜ਼ ਦੇ ਰਹੇ ਹੋ, ਮੈਂ ਕਿਹੜਾ ਤੁਹਾਡੇ ਪੈਰੀ ਹੱਥ ਲਾਇਆ ਸੀ, ਮੈਂ ਤਾਂ ਸੇਬ ਚੁੱਕ ਰਿਹਾ ਸੀ। ਫਿੱਟੇ ਮੂੰਹ। ਓਏ ਬਿਜੂ ਆਜਿਆ, ਜੇ ਮੈਨੂੰ ਭੁਲੇਖਾ ਪੈ ਹੀ ਗਿਆ ਸੀ ਤਾਂ ਪਿਆਰ ਰਹਿਣ ਦਿੰਦਾ ਕਿ ਤੂੰ ਤੇ ਤੇਰੀ ਮਾਂ ਨੇ ਸੁੱਖਿਆ ਹੀ ਹੋਇਆ ਕਿ ਜ਼ਿੰਦਗੀ 'ਚ ਮੈਨੂੰ ਕੋਈ ਖੁਸ਼ੀ ਦੇਣੀ ਹੀ ਨਹੀਂ। ਡੈਡੀ ਚਿੰਤਾ ਨਾ ਕਰੋ, ਥੋੜੀ ਦਿਨਾਂ ਬਾਅਦ ਤੁਹਾਡੇ ਨੂਹਣੇ ਆ ਜਾਣਾ, ਜਿੰਨੇ ਮਰਜ਼ੀ ਪੈਰੀ ਹੱਥ ਲਵਾ ਲਿਓ ਤੁਸੀਂ। ਓਏ ਓਏ ਸ਼ੇਖ ਚਿੱਲੀ ਦੇ ਦੋਤੇ, ਤੈਨੂੰ ਵਿਹਲੇ ਨੂੰ ਕੁੜੀ ਦੇਣੀ ਕਿਹਨੇ ਆ? ਉਹ ਜਿਹਦਾ ਪਿਓ SHO ਲੱਗਿਆ ਹੋਵੇ ਉਹਨੂੰ ਕਿਤੇ ਲੱਗਣ ਦੀ ਕੀ ਲੋੜ ਆ? ਤੁਸੀਂ ਕੂਲ ਰਿਹਾ ਕਰੋ। ਕੂਲ ਕਿੰਨਾ ਕੁ ਕੂਲ ਰਿਹਾ ਯਾਰ, ਬਰਫ਼ 'ਚ ਤਾਂ ਲੱਗਿਆ ਪਿਆ, ਹੋਰ ਧਣੀਆਂ ਘੁੱਟ ਕੇ ਪੀ ਜਾਵਾਂ। ਕਿਹੜੇ ਸਾਲੇ ਦੀ ਹਿੰਮਤ ਆ ਜਿਹੜਾ ਤੁਹਾਨੂੰ ਬਰਫ਼ 'ਚ ਲਾ ਦੇਵੇ? ਸਾਲੇ ਦੀ ਨੀ, ਸਹੁਰੇ ਦੀ। ਤੇਰੇ ਨਾਨੇ ਨੇ ਮੈਨੂੰ ਸਸਪੈਂਡ ਕਰਤਾ। ਉਹ ਇੰਨੀ ਤਾਂ ਅਗਲਾ ਜਵਾਈ ਭਾਈ ਦੀ ਫੇਵਰ ਕਰਦਾ ਹੀ ਆ, ਹੁਣ ਵਿਹਲੇ ਬੈਠਣ ਨੂੰ ਅੱਧੀ ਤਨਖਾਹ ਦੇਣਗੇ, ਬਹਾਲ ਆਉਣ ਤੋਂ ਬਾਅਦ ਬਾਕੀ ਵੀ ਮਿਲ ਜੂ। ਨਹੀਂ SHO ਨੂੰ ਕਿਤੇ ਛੁੱਟੀ ਮਿਲਦੀ ਆ? ਪੁੱਛ ਕੇ ਤਾਂ ਦੇਖੋ, ਅੱਗੋਂ ਠਾ ਜਵਾਬ ਮਿਲਦਾ। ਇੱਧਰ ਕਰੋਨਾ ਨੇ ਕਹਿਟ ਆਇਆ ਪਿਆ ਵਾ, ਤੁਹਾਨੂੰ ਛੁੱਟੀ ਦੀ ਪਈ ਆ। ਉੱਖਲ ਪੁੱਤ ਨਾ ਜੰਮੇ, ਧੀ ਕਾਣੀ ਚੰਗੀ। ਉਹ ਨਾਨੇ ਦੀ ਧੀ ਤੋਂ ਯਾਦ ਆਇਆ, ਮੰਮੀ ਜੀ ਕਿੱਥੇ ਨੇ? ਬਾਜ਼ਾਰ ਗਈ ਆ। ਓਹੋ, ਹੁਣ ਮੈਨੂੰ ਚਾਹ ਕੌਣ ਬਣਾ ਕੇ ਪਿਆਉ? ਬੇਟੇ ਆਪਾਂ ਚਾਹ ਵਾਲਾ ਦਿੱਲੀ ਤੋਂ ਨਾ ਬੁਲਾ ਲਈਏ? ਉਹ ਐਡੀ ਦੂਰੋਂ ਕਿੱਥੋਂ ਆਣਗੇ? ਇਹ ਤਾਂ ਤੁਸੀਂ ਆਪ ਹੀ ਹਿੰਮਤ ਕਰੋ, ਨਾਲੇ ਆਪਣੇ ਵਾਸਤੇ ਬਣਾ ਲਓ, ਨਾਲੇ ਮੈਨੂੰ ਪਿਆ ਦਿਓ। ਸ਼ਰਮ ਕਰ, ਕੋਈ ਸ਼ਰਮ। ਸ਼ਰਮ ਵਾਲੀ ਕਿਹੜੀ ਗੱਲ ਹੈ ਇਹ 'ਚ, ਇਹ ਤਾਂ ਸੇਵਾ ਨੂੰ ਮੇਵਾ ਹੁੰਦਾ। ਅੱਜ ਤੁਸੀਂ ਮੈਨੂੰ ਬਣਾ ਕੇ ਪਿਲਾਓ, ਕੱਲ ਨੂੰ ਮੇਰੀ ਵੋਟੀ ਤੁਹਾਨੂੰ ਬਣਾ ਕੇ ਪਿਲਾਊਗੀ। ਓਏ ਕਿਹਦਾ ਵਿਆਹ, ਕਿਹਦੀ ਵੋਟੀ? ਆ ਰਿਸ਼ਤਾ ਸਤਾਰਿਆਂ ਦੇ ਮੂੰਹ ਨੂੰ ਹੋਇਆ, ਆ ਬੂਥੀ ਨੂੰ ਦੇਖ ਕੇ ਨਹੀਂ ਹੋਇਆ। ਮਾਫ ਕਰਨਾ ਡੈਡੀ ਜੀ, ਰਿਸ਼ਤਾ ਤਾਂ ਬੂਥੀ ਦੇਖ ਕੇ ਕੀਤਾ ਸੀ, ਸਤਾਰਿਆਂ ਦਾ ਕੀ ਆ, ਅੱਜ ਹੈਗੇ ਆ ਕੱਲ ਨੂੰ ਹੈ ਨਹੀਂ। ਤੇਰੀ ਉਹ ਸਾਲੇ ਨੈਸ਼ ਦੀ ਖੜ, ਮੈਂ ਦੱਸਦਾ ਤੈਨੂੰ। ਇੱਕ ਅਕਲ ਦੀ ਗੱਲ ਦੱਸਾਂ, ਨਾਨਾ ਜੀ ਦੀ ਮਿੰਤ ਕਰ ਲਓ। ਹਾਏ ਡੱਗਰ ਜੀ, ਮਿੰਤ ਕਰ, ਮਿੰਤ ਕਰਦੀ ਆ ਮੇਰੀ ਜੁੱਤੀ। SHO ਸ਼ੇਰ ਸਿੰਘ। ਹੈਲੋ। ਹਾਂ ਸਿੰਮੀ, ਕਿੰਨੇ ਵਜੇ ਆਉਣਾ? ਕਿੱਥੇ ਭੁੱਲ ਗਏ? ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਹੈ। ਉਹ ਹਾਂ ਸੱਚ, ਮੈਂ ਤਾਂ ਭੁੱਲ ਹੀ ਗਿਆ ਸੀ ਯਾਰ, ਤੁਹਾਨੂੰ ਕੁਛ ਵੀ ਨਹੀਂ ਯਾਦ ਰਹਿੰਦਾ। ਜੇ ਮੈਂ ਤੁਹਾਡੇ ਨਾਲ 2 ਦਿਨ ਗੱਲ ਨਾ ਕਰਾਂ ਨਾ, ਮੈਨੂੰ ਲੱਗਦਾ ਤੁਸੀਂ ਮੈਨੂੰ ਭੁੱਲ ਹੀ ਜਾਓਗੇ। ਪੁਆਇੰਟ ਕਿਤੇ ਹੋ ਸਕਦਾ, ਰਾਂਝਾ ਕਿਤੇ ਭੁੱਲ ਸਕਦਾ ਆਪਣੀ ਲੈਲਾ ਨੂੰ? ਤੁਹਾਡੇ ਮੁਹਾਵਰੇ ਨਾ ਮੈਨੂੰ ਕਦੀ ਵੀ ਸਮਝ ਨਹੀਂ ਆਉਣੇ। ਮੈਂ ਕੀ ਕੀਤਾ ਹੁਣ? ਕੁਛ ਨਹੀਂ, ਤੁਸੀਂ ਕਿੱਥੇ ਕੁਛ ਕਰਦੇ ਹੋ, ਆਪੇ ਸਭ ਕੁਛ ਹੋ ਜਾਂਦਾ। ਕੀ ਬੋਲੀ ਜਾ ਰਹੀ ਆ, ਕੀ ਚਾਹੀਦਾ ਤੈਨੂੰ? ਤੁਸੀਂ ਕਿੰਨੀ ਦੇਰ ਜਾਣਾ ਇਹ ਦੱਸੋ ਪਹਿਲਾਂ, ਮੈਂ ਤੁਹਾਡੇ ਕਰਕੇ ਆਪਣਾ ਲੈਕਚਰ ਵੀ ਮਿਸ ਕੀਤਾ। ਖੁੱਲ ਕੇ ਅੱਧੇ ਘੰਟੇ 'ਚ ਆ ਗਿਆ ਤੇ ਕੋ ਬਸ ਮੈਂ। ਚਲੋ ਠੀਕ ਹੈ, ਆ ਜਾਓ। ਰਸਗੁੱਲੇ, ਗੁਲਾਬ ਜਾਮੁਨ, ਵਾਹ, ਪਕੌੜੇ। ਭੈਣ ਜੀ। ਹਾਂਜੀ ਸੁਨੀਤਾ, ਕਰੀਏ ਸ਼ੁਰੂ ਫਿਰ। ਕਿਹਦੀ ਵੇਟ ਹੋ ਰਹੀ ਹੈ ਹੁਣ? ਉਹ ਥਾਣੇਦਾਰਨੀ ਦੀ ਵੇਟ ਹੋ ਰਹੀ ਹੈ, ਹਮੇਸ਼ਾ ਹੀ ਲੇਟ ਹੁੰਦੀ ਹੈ। ਲੈ, ਉਹ ਤਾਂ ਹਰ ਵਾਰੀ ਦਾ ਕੰਮ ਆ, ਕਿੱਟੀ ਪਾਰਟੀ 'ਤੇ ਲੇਟ ਹੀ ਆਉਂਦੀ ਆ। ਬਸ ਬਸ ਇੱਥੇ ਰੋਕ ਲਈ ਜੀ ਬੀਬੀ। ਹਾਂ ਭਾਈ, ਕਿੰਨੇ ਪੈਸੇ ਹੋ ਗਏ ਤੇਰੇ? 280 ਰੁਪਏ ਹੋ ਗਏ ਜੀ। ਆ ਲੈ 500, ਪਰ ਮੇਰੇ ਕੋਲ ਤਾਂ ਖੁੱਲੇ ਨਹੀਂ ਹੈਗੇ ਜੀ। ਚੱਲ ਕੋਈ ਨਾ, ਰੱਖ ਲਾ ਰੱਖ ਲਾ, ਆਪਣੇ ਜੌਕਾਂ ਲਈ ਕੁਛ ਲੈ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਲੱਗਦਾ ਆ ਗਈ। ਆ ਗਈ। ਹੈਲੋ, ਹਾਏ ਐਵਰੀਬਾਡੀ। ਹੈਲੋ ਪ੍ਰੀਤਮ। ਹੈਲੋ ਪ੍ਰੀਤਮ, ਹੋਰ ਕੀ ਹਾਲ ਚਾਲ ਨੇ? ਠੀਕ ਹੈ ਜੀ, ਫਸਟ ਕਲਾਸ। ਕੀ ਗੱਲ ਪ੍ਰੀਤਮ, ਤੂੰ ਲੇਟ ਹੋ ਗਈ, ਅਸੀਂ ਤਾਂ ਤੈਨੂੰ ਕਦੋਂ ਦੇ ਉਡੀਕੀ ਜਾਂਦੇ ਆ। ਉਹ ਨਾ ਦਰਅਸਲ ਭੈਣ ਜੀ, ਮੇਰੀ ਮਰਸਡੀ ਖਰਾਬ ਹੋ ਗਈ ਸੀ। ਤੇਰੇ ਕੋਲ ਮਰਸਡੀਜ਼ ਵੀ ਆ? ਲੈ, ਦੋ ਨੇ। ਲੈ, ਕੀ ਗੱਲ ਕਰਦੀ? ਦੋ, ਇੱਕ ਮੇਰੇ ਹਸਬੰਡ ਯੂਜ਼ ਕਰਦੇ ਨੇ, ਇੱਕ ਮੇਰੇ ਕੋਲ ਹੈ। ਕੀ ਬਾਤ ਹੈ, ਤੇਰੀ ਤਾਂ ਪੂਰੀ ਟੌਰ ਹੈ, ਸੂਟ ਬੜਾ ਸੋਹਣਾ ਪਾਇਆ ਅੱਜ। ਲੈ, ਇਹ ਤਾਂ ਕੁਛ ਵੀ ਨਹੀਂ ਹੈਗਾ, ਇਹ ਤਾਂ ਮੈਂ ਜਲਦਬਾਜ਼ੀ ਚ ਪਾਇਆ ਈ, ਨਹੀਂ ਤਾਂ ਮੈਂ ਭੈਣ ਜੀ 50,000 ਤੋਂ ਘੱਟ ਸੂਟ ਪਾਉਂਦੀ ਹੋ ਨਹੀਂ।
ਲੈ ਤੂੰ ਤਾਂ ਕਰਮਾਂ ਵਾਲੀ ਆ ਤੇਰਾ ਘਰ ਵਾਲਾ ਤੇਰੀ ਹਰ ਰੀਝ ਪੂਰੀ ਕਰਦਾ ਆ ਦੇਖ ਲੈ 3 ਸਾਲ ਹੋ ਗਏ ਸੂਟ ਨੂੰ ਜਦੋਂ ਵੀ ਨਵੇਂ ਦਾ ਕਹਿੰਨੀ ਆ ਕਹਿ ਦਿੰਦੇ ਨੇ ਪ੍ਰਮੋਸ਼ਨ ਨਹੀਂ ਹੋਈ ਹਜੇ ਤੱਕ ਲੈ ਕੁਲਵੰਤ ਤੂੰ ਫਿਕਰ ਕਾਤੇ ਕਰਦੀ ਹੈ ਮੈਂ ਆਪਣੇ ਪਾਪਾ ਜੀ ਨੂੰ ਕਹਿ ਕੇ ਤੇਰੇ ਘਰ ਦੀ ਪ੍ਰਮੋਸ਼ਨ ਕਰਵਾ ਦਿੰਨੀ ਹੈ ਲੈ ਕੁਲਵੰਤ ਹੁਣ ਤਾਂ ਖੁਸ਼ ਹੈ ਇਹ ਕਰਵਾਉਗੀ ਪ੍ਰਮੋਸ਼ਨ ਅੱਛਾ ਪ੍ਰੀਤਮ ਮੈਂ ਸੁਣਿਆ ਸ਼ੇਰ ਭਾਜੀ ਸਸਪੈਂਡ ਹੋ ਗਏ ਹੈ ਸਹੀ ਸੁਣਿਆ ਮੈਂ ਐਵੇਂ ਤੈਨੂੰ ਕਿਹਨੇ ਕਿਹਾ ਮੇਰਾ ਘਰ ਵਾਲਾ ਦੱਸਦਾ ਸੀ ਕਿ ਸ਼ੇਰ ਭਾਜੀ 1 ਲੱਖ ਦੀ ਰਿਸ਼ਵਤ ਲੈਂਦੇ ਫੜੇ ਗਏ 1 ਲੱਖ ਰੁਪਇਆ ਲਿਆ ਉਹਨੇ ਮੈਨੂੰ ਤਾਂ ਉਹਨੇ 50,000 ਕਿਹਾ ਤੇ 50,000 ਕਿੱਥੇ ਗਿਆ ਹੈ ਕੀ ਕਿਹਾ ਐਵੇਂ ਉਹ ਤਾਂ ਕੁਝ ਦਿਨ ਵਾਸਤੇ ਛੁੱਟੀ ਤੇ ਨੇ ਹੈਪੀ ਦਾ ਵਿਆਹ ਜੋ ਰੱਖ ਲਿਆ ਓ ਹੈਪੀ ਦਾ ਵਿਆਹ ਰੱਖ ਲਿਆ ਹਾਂਜੀ ਵਧੀਆ ਕੀਤਾ ਇਸ ਕਰਕੇ ਚੱਲੇ ਤਾਂ ਖੁਸ਼ੀ ਦੀ ਗੱਲ ਹੈ ਸਹੀ ਦੱਸਾਂ ਤੈਨੂੰ ਸ਼ੇਰ ਭਾਜੀ ਦੀ ਸਸਪੈਂਡ ਹੋਣ ਵਾਲੀ ਗੱਲ ਸੁਣ ਕੇ ਹੈਰਾਨੀ ਜੀ ਨਹੀਂ ਹੋਈ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਇੰਨੇ ਮਹਿੰਗੇ ਸ਼ੌਂਕ 1 ਨੰਬਰ ਦੀ ਕਮਾਈ 'ਚ ਤਾਂ ਪੂਰੇ ਨਹੀਂ ਹੁੰਦੇ ਜੋ ਮੂੰਹ 'ਚ ਆਉਂਦਾ ਬੋਲੀ ਜਾਂਦੀ ਹੈ ਕੀ ਕਹਿੰਨੀ ਹੈ ਕੁਛ ਨਹੀਂ ਛੱਡੋ ਹੋ ਗਈਆਂ ਆਪਣੀਆਂ ਗੱਲਾਂ ਬਾਤਾਂ ਚਲੋ ਕੁਛ ਖਾਈਏ ਹੁਣ ਆਪਾਂ ਹਾਂ ਹਾਂ ਚਲੋ ਖਾਣਾ ਸ਼ੁਰੂ ਕਰੀਏ SSP अवतार सिंह गिल स्पीकिंग ਸਤਿ ਸ਼੍ਰੀ ਅਕਾਲ ਪਾਪਾ ਜੀ ਓਹੋ SHO ਸ਼ੇਰ ਸਿੰਘ ਰਾਜਪੂਤ ਬੋਲ ਰਹੇ ਨੇ ਬੋਲ ਕੀ ਤੇ ਬੰਦ ਹੋਈ ਪਈ ਹੈ ਨਾਲ ਕਾਦੇ ਰਾਜਪੂਤ ਕਿਉਂ ਕੀ ਹੋਇਆ ਅੱਜ ਕੱਲ ਤੇ ਜਿਸ ਦਾ ਰਾਜ ਉਸੇ ਕੇ ਪੂਤ ਤੇ ਰਾਜ ਤੇ ਅੱਜ ਕੱਲ SSP KS ਗਿਲ ਸਾਹਿਬ ਦਾ ਅਸੀਂ ਤੇ ਉਹਨਾਂ ਦੇ ਪੂਤ ਹੀ ਆ ਓਏ ਸ਼ਰਮ ਆਉਂਦੀ ਆ ਮੈਨੂੰ ਤੈਨੂੰ ਪੁੱਤ ਕਹਿੰਦੇ ਹੋਏ ਓਏ ਰਿਸ਼ਵਤ ਦੇ ਪੈਸੇ ਗਿਣਦੇ ਓਏ ਇਹ ਵੀ ਨਹੀਂ ਸੋਚਿਆ ਕਿ ਕਿੱਡਾ ਵੱਡਾ ਕ੍ਰਾਈਮ ਕਰ ਰਿਹਾ ਪਾਪਾ ਜੀ ਮੈਂ ਤੁਹਾਨੂੰ ਹੁਣ ਕਿਵੇਂ ਸਮਝਾਵਾਂ ਕਿਉਂ ਮੇਰੇ ਆਪਣੇ ਪੈਸੇ ਸੀ ਓਏ ਪਤੰਦਰਾ ਕੋਈ ਆਪਣੇ ਪੈਸੇ ਜੇਬ ਚੋਂ ਕੱਢ ਕੇ ਗਿਣਦਾ ਸੜਕ ਤੇ ਸਾਫ਼ ਦਿਖਾਈ ਦੇ ਰਿਹਾ ਰਿਸ਼ਵਤ ਦੇ ਪੈਸੇ ਗਿਣਦੇ ਹੋਏ ਪਾਪਾ ਜੀ ਤੁਸੀਂ ਚਾਹੇ ਵੈਰੀਫਾਈ ਕਰਾ ਲਓ ਜੇ ਮੈਂ ਕਸੂਰ ਵਾਰ ਨਿਕਲਿਆ ਤਾਂ ਸਮਝ ਲਓ ਮੈਂ ਤੁਹਾਡਾ ਜਵਾਈ ਨਹੀਂ ਓਏ ਹੁਣ ਇਸ ਉਮਰ 'ਚ ਮੈਂ ਦੁਬਾਰਾ ਜਵਾਈ ਲੱਭਦਾ ਫਿਰੂੰਗਾ ਕਿੱਥੇ ਬਿਠਾਉਂਗਾ ਆਪਣੀ ਧੀ ਨੂੰ ਫਿਲਹਾਲ ਤਾਂ ਉੱਥੇ ਹੀ ਬੈਠੀ ਹੈ ਜਿੱਥੇ ਤੁਸੀਂ ਮੈਨੂੰ ਸਸਪੈਂਡ ਕਰਕੇ ਬਿਠਾਇਆ ਮਤਲਬ ਹਾਲ ਦੀ ਘੜੀ ਉਹ ਘਰੀ ਆ ਤੂੰ ਮੈਨੂੰ ਧਮਕੀ ਦੇ ਰਿਹਾ ਪਾਪਾ ਜੀ ਮੇਰੀ ਇੰਨੀ ਔਕਾਤ ਕਿੱਥੇ ਤੁਹਾਨੂੰ ਧਮਕੀਆਂ ਦੇਣ ਦੀ ਹਾਲਾਂਕਿ ਪ੍ਰੀਤਮ ਕੌਰ ਤੇ ਹੈਪੀ ਤਾਂ ਮੈਨੂੰ ਕਹਿੰਦੇ ਸੀ ਕਿ ਕੋਈ ਲੋੜ ਨਹੀਂ ਪਾਪਾ ਨੂੰ ਫੋਨ ਕਰਨ ਦੀ ਤੇ ਉਹਨਾਂ ਦੀਆਂ ਮਿੰਨਤਾਂ ਕਰਨ ਦੀ ਉਹਨਾਂ ਨੂੰ ਨਹੀਂ ਦੇਖਦਾ ਕਿ ਜਿਹਨੂੰ ਮੈਂ ਸਸਪੈਂਡ ਕਰਨ ਲੱਗਿਆ ਮੇਰਾ ਜਵਾਈ ਲੱਗਦਾ ਮੈਂ ਕਿਹਾ ਛੋਟੇ ਹੀ ਵੱਡਿਆਂ ਤੋਂ ਮਾਫੀ ਮੰਗਦੇ ਹੁੰਦੇ ਆ ਨਾਲੇ ਮਿੰਨਤਾਂ ਕਰਨ ਨਾਲ ਕੁਝ ਕੱਸਦਾ ਸੌਰੀ ਜੈਂਟਲਮੈਨ ਮੈਂ ਇਸ ਮਾਮਲੇ 'ਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਆਖੇ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਦੁਸ਼ਮਣੀ ਤਾਂ ਕੱਢ ਹੀ ਲਈ ਨਾ ਇੱਕ ਦੁਸ਼ਮਣੀ ਥੋੜੀ ਸੀ ਜਿਹੜੀ ਆਪਣੀ ਧੀ ਮੇਰੇ ਲੜ ਲਈ ਸੀ ਕੀ ਕਹਿ ਤੂੰ ਦੁਬਾਰਾ ਬੋਲ ਦੁਬਾਰਾ ਬੋਲ ਮੈਂ ਕੀ ਬੋਲਣਾ ਪਾਪਾ ਜੀ ਇੱਕ ਵਾਰੀ ਦੁਬਾਰਾ ਸੋਚ ਲਓ ਮੇਰੀ ਜ਼ਿੰਦਗੀ ਖਰਾਬ ਹੋ ਜੂਗੀ ਮੇਰੀ ਤਾਂ ਘਰ ਦੇ ਵਿੱਚ ਪਹਿਲੇ ਹੀ ਇੱਜ਼ਤ ਨਹੀਂ ਗੱਲ ਕਰਦੇ ਮੈਨੂੰ ਤੂੰ ਮੇਰੇ ਮਾਰ ਦਿੰਦੇ ਆ ਤੂੰ DCP ਲੱਗੇ ਸੋ ਪਾਪਾ ਜੀ DCP ਨਾ ਸਹੀ ਘੱਟੋ ਘੱਟ ਮੈਨੂੰ SHO ਤਾਂ ਲੱਗੇ ਰਹਿਣ ਦਿਓ ਹੁਣ ਤੂੰ ਚਾਹੁੰਦਾ ਕੀ ਹੈ ਮੈਂ ਤਾਂ ਪਾਪਾ ਜੀ ਇਹੀ ਚਾਹੁੰਦਾ ਕਿ ਲੈ ਦੇ ਕੇ ਮਾਮਲਾ ਰਫਾ ਦਫਾ ਕਰੋ ਕੀ ਕਿਹਾ ਜ਼ਰਾ ਦੁਬਾਰਾ ਬੋਲ ਤੂੰ ਮੇਰੇ ਕਹਿਣ ਦਾ ਮਤਲਬ ਪਾਪਾ ਜੀ ਇਹ ਡਾਇਲੌਗ ਸਾਨੂੰ ਥਾਣੇ ਦੇ ਵਿੱਚ ਅਕਸਰ ਸੁਣਨ ਨੂੰ ਮਿਲਦੇ ਨੇ ਇਸ ਕਰਕੇ ਮੇਰੇ ਮੂੰਹ ਚੜਿਆ ਹੋਇਆ ਤੇਰੇ ਮੂੰਹ ਤੇ ਤਾਂ ਬਹੁਤ ਕੁਝ ਚੜਿਆ ਹੋਇਆ ਓਏ ਮੈਨੂੰ ਲੱਗਦਾ ਉਹ ਵੀਡੀਓ ਸਿਰਫ ਮੇਰੇ ਕੋਲ ਹੀ ਆਇਆ ਇਸ ਕਰਕੇ ਮੈਂ ਸੱਚਾ ਝੂਠਾ ਸਸਪੈਂਸ਼ਨ ਆਰਡਰ ਲਿਖਿਆ ਉਹਦੇ ਤੇ ਮੈਂ ਵੀ ਇਹੀ ਸੋਚਦਾ ਸੀ ਪਾਪਾ ਜੀ ਕਿ ਕੋਈ ਐਡਾ ਬੇਵਕੂਫ ਥੋੜਾ ਹੁੰਦਾ ਕਿ ਆਪਣੀ ਜਵਾਈ ਨੂੰ ਇਹ ਸਸਪੈਂਡ ਕਰ ਦਵੇ ਦੁਬਾਰਾ ਬੋਲੀ ਬੋਲੀ ਜਰਾ ਦੁਬਾਰਾ ਕੀ ਕਿਹਾ ਮੈਂ ਕੀ ਬੋਲਣਾ ਪਾਪਾ ਜੀ ਹੁਣ ਤਾਂ ਜੋ ਬੋਲਣਾ ਤੁਸੀਂ ਇਹ ਬੋਲਣਾ ਠੀਕ ਹੈ ਜੇ ਤੂੰ ਇੰਨਾ ਕਹਿ ਰਿਹਾ ਤਾਂ ਮੈਂ ਇੱਕ ਵਾਰੀ ਫੇਰ ਵੈਰੀਫਾਈ ਕਰਵਾ ਲੈਂਦਾ ਵੀਡੀਓ ਨੂੰ ਥੈਂਕ ਯੂ ਪਾਪਾ ਜੀ ਅੱਛਾ ਠੀਕ ਹੈ ਥੈਂਕ ਯੂ ਔਰ ਠੀਕ ਹੈ ਸੋ ਨਾਈਸ ਆਫ ਯੂ ਇੱਕ ਮਿੰਟ ਪਾਪਾ ਜੀ ਇੱਕ ਮਿੰਟ ਹੁਣ ਕੀ ਹੋਇਆ ਵਾਂਸ ਅਗੇਨ ਥੈਂਕ ਯੂ ਅੱਛਾ ਠੀਕ ਹੈ ਹੁਣ ਮੈਂ ਰੱਖਦਾ ਰੱਖੇਗਾ ਜੀ ਮੈਨੂੰ ਸਮਝ ਨਹੀਂ ਆਉਂਦਾ ਇਹਦਾ ਕਰਾਂ ਕੀ ਮੈਂ ਜਿਉਂਦਾ ਰਹਿ ਪੁੱਤ ਹੋਰ ਘਰੇ ਸਭ ਠੀਕ ਠਾਕ ਹੈ ਸਭ ਠੀਕ ਨੇ ਤੁਸੀਂ ਸੁਣਾਓ ਮੈਂ ਵੀ ਠੀਕ ਠਾਕ ਹਾਂ ਵਧੀਆ
सिमी किधर है मम्मी जी? सिमी ड्राइंग रूम ची होनी है। ठीक है जी। होर घर सब ठीक ठाक है ना? सब ठीक है मम्मी जी। क्यों की होया? वो एक्चुअली तोड़े डैडी दी नौकरी ता सुन के बड़ा दुख लग गया। जी मम्मी जी, सानू भी। चलो कोई गल, तुसी ऐदा करो, तुसी बैठ के गल्ला बाता करो, मैं चाय बना रही सी, बस हुणे लेके आई। जी मम्मी जी। होर सिमी की हाल है? मैं वधिया, तुसी इन्नी देर लाती? यार मार्केट टाइम लग गया सी। ओके। आ देख मैं तेरे वास्ते की लेके आया। की? ओ वाओ, ब्यूटीफुल, बहुत प्यारा। हुण दस तू की कह रही सी, की गल करनी है, कोई जरूरी गल? लो बच्चों तुसी चाह पियो, मैं शम्मी तो अपने सूट फड़ के ले आई। ठीक है मामी जी। हुण दस की गल? रात नूं मम्मी डैडी जी गल कर रहे सी कि हैप्पी दे डैडी सस्पेंड हो गए ने रिश्वत लैण दे चक्कर च। इह गल तां पहलां वी हो चुकी आ, हुण दुबारा क्यों हो रही आ? इह गल ते मैनूं वी नहीं समझ आ रही कि इह गल दा जिक्र बार बार क्यों हो रहा है। हो ना हो, साडे रिश्तेदारी पानी मार रहे ने कि हजे वी कुछ नहीं विगड़िया। विगड़िया दा की मतलब? तैनूं लगदा अपने रिश्ता तोड़न दी गल कर रहे ने उह? हो सकदा है। फिर सिमी तूं समझा उहनां नूं कि बंदे दी लाइफ च माड़ा चंगा टाइम आंदा रहिंदा वा, इदां रिश्ते थोड़ी टुटदे ने। उह गल तां है, मैं अपने वालों पूरी कोशिश करांगी, पर मैनूं आखर दे विच अपने घरदिआं दी ही मन्नी पैणी है। तू आ कहण वास्ते मैनूं बुलाया सी, मैं चलदा फिर। चाह तां पीजो। कोई नहीं, जिंदगी जो दोबारा आया फिर चाह पीऊंगा। मतलब? मैं चलदा। पर मैनू आखर दे विच अपने घरदिआं दी ही मन्नी पैणी है। सिमी, हैप्पी चला गया? हाँ मम्मा जी, वो चल गए। ते चाह भी नहीं पी के गया? वो कह रहे सी जे मैं दोबारा आया ते जरूर पीवांगा। मतलब? मतलब ते मैनू भी नहीं समझ आया। अच्छा मम्मा जी, डैडी की गल कर रहे सी हैप्पी दे डैडी बारे? वो ता तेरे फुफड़ दा फोन आया सी, वो कहिंदे मुंडा ता पहले ही कुछ नहीं करदा, हुण उहदा प्यो भी सस्पेंड हो गया। ते इहदे च अपना की कसूर है? चंगा माड़ा टाइम ते सारिआं ते आउंदा जांदा रहिंदा। वो तेरी गल ता ठीक है पुत, पर तेरे डैडी नूं कौन समझावे? मम्मा जी तुसी समझाओ उहनां नूं, ਉਹ ਜਲਦਬਾਜ਼ੀ 'ਚ ਕੋਈ ਵੀ ਇੱਦਾਂ ਦਾ ਫੈਸਲਾ ਨਾ ਲੈਣ, ਸਭ ਕੁਛ ਠੀਕ ਹੋ ਜੂਗਾ। ਕੋਈ ਨਹੀਂ, ਤੂੰ ਫਿਕਰ ਨਾ ਕਰ, ਮੈਂ ਕਰਦੀ ਹਾਂ ਤੇਰੇ ਡੈਡੀ ਨਾਲ ਗੱਲ। ਠੀਕ ਹੈ ਮੰਮਾ ਜੀ। ਬਾਈ ਜੀ, ਪੰਡਿਤ ਜੀ ਆ ਗਏ। ਆ ਗਈ? ਹਾਂਜੀ। ਚੱਲ ਪਹਿਲਾਂ ਪੰਡਿਤ ਜੀ ਨੂੰ ਬੈਠ ਦੀਏ, ਚਲੋ। ਸਤਿ ਸ਼੍ਰੀ ਅਕਾਲ ਜੀ, ਮੈਂ ਬਈ ਮੁਖਤਿਆਰ ਸ਼ਾਹ। ਹਾਂ ਪੰਡਿਤ ਜੀ, ਸਾਰਾ ਪਿੰਡ ਇਕੱਠਾ ਕੀਤਾ, ਸੁੱਖ ਤਾਂ ਹੈ? ਉਹ ਕਾਹਦਾ ਸੁੱਖ ਜੀ, ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਸਰਪੰਚ ਸਾਹਿਬ, ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਜੀ। ਕਿਸੇ ਨੇ ਤੁਹਾਡਾ ਐਸਾ ਕੀ ਦੇਖ ਲਿਆ ਵੀ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ? ਤੁਹਾਡਾ ਕਿਸੇ ਨੇ ਗਲਾ ਥਲਾ ਥਲਾ ਤਾਂ ਨਹੀਂ ਦੱਬਤਾ? ਕਾਹਨੂੰ ਸਰਪੰਚ ਸਾਹਿਬ, ਤੁਸੀਂ ਕੀ ਗੱਲਾਂ ਕਰਦੇ ਹੋ? ਦਰਅਸਲ ਮੈਨੂੰ ਸ਼ਰਾਬ ਪਿਲਾਈ ਗਈ ਹੈ ਜੀ। ਕਿਹਨੇ? ਕੁੱਕੜ ਨੇ ਜੀ। ਕਿਵੇਂ? ਮੇਰਾ ਦੁਖਦਾ ਸੀ ਸਰ, ਤੇ ਮੈਨੂੰ ਮਿਲ ਗਿਆ ਸੀ ਕੁੱਕੜ, ਤੇ ਮੈਨੂੰ ਕਹਿੰਦਾ ਦੇਸੀ ਜੀ ਦਵਾਈ ਆ ਤੇ ਇੱਕੋ ਟੀਕ ਲਾ ਕੇ ਪੀ ਜਾ, ਤੇ ਮੈਂ ਪੀ ਗਿਆ ਜੀ। ਬਾਈ ਕੁੱਕੜ ਦੀ ਮਾਂ ਨੇ ਪਤਾ ਨੀ ਉਹਨੂੰ ਕੀ ਖਾ ਕੇ ਜੰਮਿਆ, ਜਿੱਦਣ ਦੀ ਉਹਨੇ ਹੋਸ਼ ਸੰਭਾਲੀ ਆ ਪਿੰਡ ਦਾ ਹਰ ਰੋਜ਼ ਇੱਕ ਨਾ ਇੱਕ ਬੰਦਾ ਉਹਨੇ ਸੂਰੀ ਟੰਗਿਆ ਹੁੰਦਾ। ਪਰ ਇੱਕ ਗੱਲ ਹੈ ਪੰਡਿਤ ਜੀ, ਸ਼ਰਾਬ ਪੀਣ ਲੱਗਿਆ ਤੁਹਾਨੂੰ ਸ਼ਰਾਬ ਦੀ ਖੁਸ਼ਬੂ ਨੀ ਆਈ? ਖੁਸ਼ਬੂ? ਰਾਮ 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 ਰਾਮ। ਬਦਬੋ ਕਹੋ ਜੀ, ਬਦਬੋ। ਮੈਨੂੰ ਤਾਂ ਸ਼ਰਾਬ ਦਾ ਉਦੋਂ ਪਤਾ ਲੱਗਿਆ ਜੀ ਜਦੋਂ ਮੇਰਾ ਸਿਰ ਘੁੰਮਣ ਲੱਗ ਗਿਆ ਜੀ। ਪਰ ਸਿਰ ਠੀਕ ਤਾਂ ਹੋ ਗਿਆ ਨਾ? ਸਿਰ ਤਾਂ ਠੀਕ ਹੋ ਗਿਆ ਜੀ। ਹਾਂ,
देखो पंडित जी धर्म की गल वक्री है पर जे हिसाब नाल पीती जावे शराब चीज तो माड़ी नहीं है। राम राम कोई गल नहीं मैं तो मजाक करना कुकर ने गल तो माड़ी की पंडित जी कोई गल नहीं तुसी मेरे ते छड़ो अज शाम ताई फड़ के मैं खिचदा कन करदा उहदा हाथ हौला कुकड़ है कित्थे दरवाजा खड़का के थोड़ा सत्रीकाल जीजा जी जे चाटी का मूह खुला हो कुत्ते नूं तां शर्म आउणी चाहीदी की गल आउंदे ने अपनी सिफतां शुरू कर ली मैं लख रुपए कोठी ते लाते साला चाटीए दसदा तू साला मेनू कह लिया कर अपनी भैन वापस ले जा करे दुखी किया पिया मेनू लगता अज सजरा युद्ध होके हटिया पहली बार हो चल इन छड आएगा सैने दिन हो गए तेन आए नया क्यों नहीं मेरा तो बथेरा दिल करता भैन दे करे हां पर फिर वो मुहावरा मार जांदा केड़ा मुहावरा अखे भैन करे पाई कुत्ता सारे करे जवाई कुत्ता भैन कर पाई वो कुत्ता हुंदा जेड़ा लगातार भैन दे करे रहे जेड़ा तेरे वांगू हफ्ते च पांच चार दिन रहे ना उनू कुत्ता नहीं कतूरा कहंदे आ होर सुना हौलदारा की हाल है अहेजा गंदा लाना घर च एक तो एक सियाण प्यो ने सस्पेंड करता ते पुत ने डिमोट करता सला हौलदारी दसदा ओ जीजा गुस्सा क्यों करदा साडे वनीता जे पुलिस वाला सस्पेंड ना होवे उनू पुलिस वाला मनदे नहीं लोग तू हुण जख्मा ते नून पुकना है नहीं छिड़का करना है कदा छिड़का ए आ लो सैनिटाइजर सैनिटाइजर हां ये किहो जिहा सैनिटाइजर है एक कला असर नहीं करता भुजिया लिया पैदा नाल भुजिया कड़ा दूर पिया आ पिया हुण पौने आवां ए पहले नक्के फिरदे आ हुण पानी भी मंगेगा ना इन्ना क वेख के तो पानी मूंह च आ जांदा ए लो हुण खिचो तेरा भड़ोइया सस्पेंड होया कोई रिटायर नहीं होया जड़ा पार्टियां करदा फिरदा देखो पटवारी साहब दारू ही रब ने की चीज बनाई है खुशी होवे तां दारू दुख होवे तां दारू गमी होवे तां दारू गौना होवे तां दारू रोना होवे तां दारू तुसी ओ गीत नहीं सुनिया पीने वालों को पीने का बहाना चाहिए खिचो कनू साहब शुक्र सड़ा ऊपर नु तक गया मेनू तो लगता सी पटवारी तो भी थले सिटू जीजे तो सीधा तू तड़क ते हो गया एनी करामात अंग्रेजी दारू च तां नहीं हो सकदी ए घर दी गड्डी है मैं कूल बह के कढ़ाई है भाई साहब कुकड़ा एक गल कह गुस्सा तो नहीं करेगा ना तेरा बुढ़ा है बड़ी कुत्ती चीज अपने मुंडे दियां कच्छ च ते जवाई दियां हाथ च मुंडा कोल बह के घरे घर दी दारू कढ़वा सकदा पर जवाई किसे दी जेब चो पैसे नहीं कढ़ा सकदा लगदा हरे गम भुलिया नहीं नैब तहसीलदार साहब एहो जिहा गम कितें भुलदे आ इह तां सारी उम्र जख्म रड़कदे रहिंदे आ सही गल है
ਆਪਣੇ ਪਿੰਡ ਵਾਲਾ ਕਿਲਾ ਸਰਪੰਚ ਨੀ ਮੈਨੂੰ ਕਹਿੰਦਾ ਸ਼ੇਰ ਸਿੰਘ ਤਹਿਸੀਲਦਾਰ ਜਿਉਂ ਅਮਰੀਕਾ ਗਿਆ ਮੁੜ ਕੇ ਪਿੰਡ ਹੀ ਨੀ ਆਇਆ। ਅੱਛਾ ਤਹਿਸੀਲਦਾਰ ਸਾਹਿਬ ਅਮਰੀਕਾ ਜਾਏ ਤੇ ਮੈਨੂੰ ਪਤਾ ਹੀ ਨੀ, ਜੇ ਤਹਿਸੀਲਦਾਰ ਨੂੰ ਪਤਾ ਹੁੰਦਾ ਤਾਂ ਘੱਟੋ ਘੱਟ ਜੋਬ ਡੇਨ ਨੂੰ ਵਧਾਈਆਂ ਤਾਂ ਦੇ ਆਉਂਦਾ। ਲੈ ਉਹਨੂੰ ਕਿਵੇਂ ਮਿਲਦਾ, ਲਵੇਨ ਨੂੰ ਮਰੇ ਨੂੰ ਹੋ ਗਏ ਕਈ ਵਾਰੇ। ਜੇ ਲਡੇਨ ਮਰ ਗਿਆ ਤੇ ਤੇਰਾ ਕੈਲਾ ਸਰਪੰਚ ਜਿਉਂਦਾ, 7 ਸਾਲ ਹੋ ਗਏ ਸਾਲੇ ਨੂੰ ਮਰੇ ਨੂੰ, ਫਿਰ ਮੈਨੂੰ ਕਿਹੜਾ ਸਾਲਾ ਪੁੱਛ ਗਿਆ। ਚੱਲ ਕੋਈ ਨੀ, ਆ ਲੋ ਦੂਜਾ ਸੈਨੇਟਾਈਜ਼ਰ। ਇੱਥੇ ਹੀ ਪਿਆ ਰਹਿਣ ਦੇ, ਹੱਥ ਨੀ ਲਾਉਣਾ ਇਹਨੂੰ, ਤੂੰ ਇਹਦੇ ਚੁਰੀ ਪੀਣੀ। ਕਿਉਂ, ਮੈਂ ਕਿਉਂ ਨੀ ਪੀਣੀ, ਮੈਂ ਪੀਊਂਗਾ ਪਰ ਤੁਸੀਂ ਨੀ ਪੀਣੀ SDM ਸਾਹਿਬ। ਕਿਉਂ ਵੀ SDM ਸਾਹਿਬ ਕਿਉਂ ਨੀ ਪੀ ਸਕਦਾ, ਤੁਹਾਨੂੰ ਦਾਰੂ ਚੜ ਗਈ। ਤੂੰ ਕਿਵੇਂ ਕਹਿ ਸਕਦਾ ਮੈਂ ਸ਼ਰਾਬੀ ਹੋ ਗਿਆ, ਮੈਨੂੰ ਤੁਸੀਂ ਧੁੰਦਲਾ ਧੁੰਦਲਾ ਦਿਸਣ ਲੱਗ ਪਏ। ਚੱਲ ਦਵਾ ਉਹ ਆਪਣੇ ਘਰ ਨੂੰ, ਨਿਕਲੇ ਤੋਂ ਬਾਅਦ ਬਸ ਠੰਡੇ ਠੰਡੇ ਨਿਕਲ। ਚੱਲ ਨੰਬਰਦਾਰਾ ਮੇਰੀ ਬੇਇੱਜ਼ਤੀ ਨਾ ਕਰ, ਤੂੰ ਤੇਰੀ ਉਹ ਭੈਣ ਨੂੰ ਜ਼ਾਲਿਆ SDM ਤੋਂ ਸਿੱਧਾ ਲਿਆ ਕੇ ਨੰਬਰਦਾਰ ਤੇ ਸਿੱਟਤਾ, ਤੈਨੂੰ ਵਿੱਚ ਵਿਚਾਲੇ ਕੋਈ ਪੋਸਟ ਨਹੀਂ ਦਿਖੀ ਭੈਣੇ? ਭੈਣੇ ਲੱਗਦੀ ਤਾਂ ਮੇਰੇ ਵੀਰ ਵਰਗੀ ਆਵਾਜ਼ ਹੈ। ਚੁੱਪ ਸਾਲਿਆ, ਭੈਣ ਨੂੰ ਕਿਉਂ ਬੁਲਾਉਣਾ ਚੁੱਪ? ਫਿਰ ਇਹ ਕਦੋਂ ਆਇਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਭੈਣੇ ਆਈ ਜੀਜੇ ਕੋਲੇ, ਭੈਣੇ ਕਿਉਂ ਸਾਲਿਆ ਕੱਟੇ ਵਾਂਗੂ ਰਾਟ ਪਾਇਆ? ਕੀ ਹੋਇਆ ਵੀਰੇ? ਦੇਖ ਲਾ ਭੈਣੇ, ਜੀਜੇ ਨੇ ਮੈਨੂੰ ਭੈਣ ਦੀ ਗੱਲ ਕੱਢੀ, ਮੈਂ ਤਾਂ 20-15 ਦਿਨ ਤੇਰੇ ਕੋਲੇ ਰਹਿਣ ਆਇਆ ਸੀ, ਇਹ ਮੈਨੂੰ ਕੱਢਣ ਨੂੰ ਫਿਰਦਾ। ਕਿਹੜਾ ਜੰਮਿਆ ਮੇਰੇ ਵੀਰ ਨੂੰ ਘਰੋਂ ਕੱਢਣ ਵਾਲਾ? ਹਾਂ ਮੈਂ ਜਹਾਨੋਂ ਨਹੀਂ ਕੱਢਦੂ। ਬਸ ਕਿਹਦੀ ਇਹ ਕਮੀ ਰਹਿੰਦੀ ਸੀ, ਮੈਂ ਉਹਨੇ ਨੌਕਰੀਓਂ ਕੱਢਤਾ, ਪੁੱਤ ਘਰੇ ਦਾਰੂ ਕੱਢੀ ਜਾਂਦਾ ਤੇ ਦੀ ਜਹਾਨੋਂ ਕੱਢਣ ਨੂੰ ਫਿਰਦੀ ਆ। ਵੀਰੇ ਇਹਨੇ ਜਿੰਨਾ ਚਿਰ ਸਸਪੈਂਡ ਰਹਿਣਾ ਨਾ, ਮੇਰਾ ਦਿਮਾਗ ਇਦਾਂ ਹੀ ਖਾਣਾ। ਤੂੰ ਦੱਸ ਰਾਤ ਦੇ ਖਾਣੇ 'ਚ ਕੀ ਖਾਣਾ? ਕੁੱਕੜ ਸਿੰਘ ਦਾ ਕੁੱਕੜ ਹੀ ਖਾਊ। ਕਦੇ ਦਾਲ ਵੀ ਖਾ ਲਿਆ ਕਰ। ਦਾਲ ਬਥੇਰੀ ਚੁੱਕ ਚੁੱਕ ਖਾ ਲਈ ਕੁੱਕੜ ਨੇ। ਲੈ ਮੈਂ ਤੇਰੇ ਵਾਸਤੇ ਹੁਣੇ ਕੁੱਕੜ ਬਣਾਉਣੀ ਆ। ਮੈਂ ਵੀ ਆਉਣਾ ਭੈਣੇ, ਮੈਂ ਆ ਕੇ ਲਸਣ ਚੀਰਦਾ, ਟਮਾਟਰ ਟਮੂਟਰ ਮਸਾਲਾ ਕਰਮ ਰੱਖੀ, ਮਾੜਾ ਜਾ ਆ ਜਾਂਦਾ। ਸਾਲੇ ਡੰਗਰ ਜੇ ਨੂੰ ਇਹ ਨੀ ਪਤਾ ਲਸਣ ਚੀਰੀ ਦਾ ਕਿ ਛਿੱਲੀ ਦਾ, ਕਿੱਦਾਂ ਦਾ ਟੱਬਰ ਕੋਈ ਚੜੀ ਲੱਥੀ ਦੀ ਨੀ। ਸਾਲੇ ਮੇਰੇ ਸਸਪੈਂਸ਼ਨ ਦੇ ਜਸ਼ਨ ਮਨਾਉਂਦੇ ਫਿਰਦੇ ਆ, ਹੋਰਾ ਨੀ ਚਿਹਰੇ ਤੇ ਸ਼ਿਕਨ, ਪਤਾ ਨੀ ਕਿਵੇਂ ਹਜ਼ਮ ਕਰਨਗੇ ਚਿਕਨ। ਇੱਧਰ ਸਾਲੀ ਖਿਚੜੀ ਨੀ ਅੰਦਰ ਜਾਂਦੀ। SHO ਸ਼ੇਰ ਸਿੰਘ ਕਾਫੀ ਲੇਟ ਹੋ ਗਏ ਜੀ, ਅੱਜ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਆਪਣੇ ਇੱਕ ਦੋਸਤ ਕੋਲ ਸੀ। ਸਿਮੀ ਕਿੱਥੇ ਆ? ਉਹ ਤਾਂ ਤੁਹਾਡੀ ਵੇਟ ਕਰਦੇ ਕਰਦੇ ਸੌਂਗੀ। ਚਲੋ ਕੋਈ ਗੱਲ ਨਹੀਂ, ਮੈਂ ਉਹਦੇ ਨਾਲ ਸਵੇਰੇ ਗੱਲ ਕਰ ਲਾਂਗਾ। ਗੱਲ ਸਿਮੀ ਨਾਲ ਕੀ ਗੱਲ ਕਰਨੀ ਸੀ ਤੁਸੀਂ? ਉਹ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ, ਤੁਸੀਂ ਉਹਦੇ ਨਾਲ ਕੋਈ ਏਦਾਂ ਦੀ ਗੱਲ ਨਾ ਕਰਿਓ ਜਿਹਦੇ ਨਾਲ। ਤੈਨੂੰ ਕੀ ਲੱਗਦਾ ਮੇਰੀ ਧੀ ਪਰੇਸ਼ਾਨ ਹੈ ਤੇ ਮੈਂ ਖੁਸ਼ ਹਾਂ? ਤੂੰ ਇਹ ਕਹਿਣਾ ਚਾਹੁੰਦੀ ਹੈ ਕਿ ਮੈਂ ਉਹਦਾ ਬੁਰਾ ਚਾਹੁੰਦਾ? ਨਹੀਂ ਨਹੀਂ, ਮੇਰਾ ਉਹ ਮਤਲਬ ਨਹੀਂ ਹੈ। ਦੇਖ ਕੁਲਜੀਤ, ਸਿਮੀ ਅਜੇ ਬੱਚੀ ਹੈ, ਉਹਨੂੰ ਚੰਗੇ ਮਾੜੇ ਦੀ ਸਮਝ ਨਹੀਂ ਹੈ, ਪਰ ਸਾਨੂੰ ਤੇ ਹੈ ਨਾ, ਡੁੱਬਦੇ ਨਾਲ ਡੁੱਬਣਾ ਚੰਗੀ ਗੱਲ ਨਹੀਂ ਹੁੰਦੀ ਹੈ। ਅਜੇ ਵੀ ਸਮਾਂ ਹੈ, ਅਜੇ ਵੀ ਕੁਝ ਨਹੀਂ ਵਿਗੜਿਆ। ਸਿਮੀ ਦੇ ਬਚਪਨੇ ਕਰਕੇ ਮੈਂ ਸਿਮੀ ਦਾ ਫਿਊਚਰ ਖਰਾਬ ਹੁੰਦਾ ਨਹੀਂ ਦੇਖ ਸਕਦਾ। ਮਤਲਬ ਮੈਂ ਉਹਦੇ ਵਾਸਤੇ ਇੱਕ ਮੁੰਡਾ ਵੇਖਿਆ, ਉਹਨਾਂ ਨੂੰ ਵੀ ਸਿਮੀ ਬਹੁਤ ਪਸੰਦ ਹੈ, ਤੂੰ ਬਸ ਸਿਮੀ ਨੂੰ ਮਨਾ ਲੈ ਤੇ ਫਿਰ ਆਪਾਂ ਉਸ ਮੁੰਡੇ ਦਾ ਵਿਆਹ ਸਿਮੀ ਨਾਲ ਕਰਾ ਦਾਂਗੇ। ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਕੀ ਏਦਾਂ ਰਿਸ਼ਤਾ ਤੋੜਨਾ ਠੀਕ ਹੈ? ਲੋਕ ਕੀ ਕਹਿਣਗੇ? ਤੂੰ ਲੋਕਾਂ ਦੀ ਫਿਕਰ ਨਾ ਕਰ, ਬਸ ਸਿਮੀ ਨੂੰ ਮਨਾ ਲੈ। ਜੀ ਸਿਮੀ, ਕੀ ਹੋਇਆ ਬੱਚੇ, ਤੂੰ ਸੁੱਤੀ ਨਹੀਂ ਹਲੇ? ਨਹੀਂ ਮੰਮੀ, ਅਜੇ ਤਾਂ ਨਹੀਂ। ਤੁਸੀਂ ਨਹੀਂ ਸੁੱਤੇ? ਨਹੀਂ, ਬਸ ਮੈਂ ਤੇਰੇ ਡੈਡੀ ਨਾਲ ਗੱਲ ਕਰ ਰਹੀ ਸੀ, ਸੋਚਿਆ ਤੇਰੇ ਨਾਲ ਵੀ ਗੱਲ ਕਰਾਂਵਾਂ। ਅੱਛਾ, ਕੀ ਕਹਿੰਦੇ ਫਿਰ ਡੈਡੀ? ਤੇਰੇ ਡੈਡੀ ਕਹਿੰਦੇ ਕਿ ਉਹਨਾਂ ਦੀ ਨਜ਼ਰ 'ਚ ਇੱਕ ਮੁੰਡਾ ਹੈ, ਆਪਾਂ ਉਹਦੇ ਨਾਲ ਸਿਮੀ ਦਾ ਵਿਆਹ ਕਰ ਦਿੰਦੇ ਹਾਂ। ਆਪਾਂ ਇੱਦਾਂ ਕਿੱਦਾਂ ਕਰ ਸਕਦੇ ਉਹਨਾਂ ਨਾਲ? ਇੱਦਾਂ ਰਿਸ਼ਤਾ ਤੋੜਨਾ ਠੀਕ ਨਹੀਂ ਹੁੰਦਾ, ਤੁਸੀਂ ਪਲੀਜ਼ ਉਹਨਾਂ ਨੂੰ ਸਮਝਾਓ। ਪਰ ਪੁੱਤ, ਅਸੀਂ ਉਹਨਾਂ ਨਾਲ ਇੱਦਾਂ ਰਿਸ਼ਤਾ ਜੋੜ ਕੇ ਬਦਨਾਮੀ ਵੀ ਤਾਂ ਨਹੀਂ ਲੈ ਸਕਦੇ ਨਾ। ਠੀਕ ਹੈ, ਜੇ ਤੁਸੀਂ ਲੋਕਾਂ ਅੱਖੇ ਲੱਗ ਕੇ ਰਿਸ਼ਤਾ ਤੋੜਨਾ ਹੈ ਤਾਂ ਤੋੜ ਦਿਓ,
पर मेरी भी एक गल सुन लो, जो तक मेरी स्टडी कंप्लीट नहीं होंगी ना उदो तक मेरे नाल व्याह दी गल ना करियो। पर पुत एक ही गल हुई। ए मेरा हुन आखरी फैसला है, इस तो अगे कोई गल ना करियो। जिवें तेरी मर्जी। हेलो, की होया हैप्पी? तुसी मेरा फोन क्यों नहीं चक रहे सी? मैनू पता नहीं लग्या तेरे फोन दा। मूड क्यों खराब कीता होया? सिमी मैं एक गल सोच रहा सी, अगर ये दिक्कत अपने ब्याह तो बाद आई होंदी तां तेरे रिश्ते रही गल कहंदे कि मुंडे नूं तलाक दे दो। मुंडे दा रेडी सस्पेंड हो गया। ओही ते गल है यार, घर दे समझ ही नहीं आए। मेरी हुणे-हुणे मम्मी नाल भी गल होई सी। की कह रहे सी मम्मी तेरे? मम्मी जी ते अपने वाले ने डैडी रिश्तेदारां दी गल्लां च आए होए ने। देख ला हुण तू जो मर्जी कर ला। मेरे नाल क्यों नाराज हो रहे हो? मैं की कीता? बस सिमी मैनू एक गल का पता लग गई आ, बंदे दे मारे टाइम च बंदे नाल कोई नहीं खड़ा। तुसी एदा क्यों कह रहे हो? सिमी हुण तू सोचा, मैनू बहुत नींद आ रही आ। ठीक है। की गल भांजी, जागी जाना? नींद नहीं आउंदी? नहीं मामा, नींद नहीं आ रही। नींद आस्ते इन्नी गल्ल ला दोई? नहीं मामा नहीं। भांजा, आपा तेरे पापे नूं पता ही नहीं लगन दिंदे यारा। नहीं मामा नहीं। मैनू लगदा है अज तेरी सहेली तेरे नाल गल करन वास्ते मनी नहीं। मामा क्यों मजाक करी जा रहे हो यार, बस करो यार। इधर थोड़े भांजे का घर टुट रहा वा। होया की? बस मामा तेनू पता ही आ, जो एक प्रॉब्लम आती है कई प्रॉब्लम नाल लेके आती। यार खोल के दस, ऐवें तू बाजार जाइया ना पा। मामा जी मम्मी नू ना दसियो। नहीं दादा, सिमी दा फोन आया सी। अच्छा? रिश्तेदार मना कर रहे ने व्याह नू, दसो की करा। ये रिश्तेदारां दी मैं जेड़े रिश्तेदार हुंदे आ ना, सब तो वध इन्हां दा हत्थ हुंदा किसे दा घर तोड़ने च। ਤੁਸੀਂ ਆਪਦੇ ਘਰੇ ਰਹੋ, ਤੁਸੀਂ ਸਾਥੋਂ ਟਿੰਡੀਆਂ ਲੈਣੀਆਂ ਯਾਰ। ਸਹੀ ਗੱਲ ਹੈ ਮਾਮਾ, ਪਤਾ ਨਹੀਂ ਕੀ ਬਣੂਗਾ। ਬਣਨਾ ਕੀ ਆ? ਤੂੰ ਮੂੰਹੋਂ ਬੋਲ, ਮੈਂ ਅੱਜ ਰਿਸ਼ਤਾ ਕਰਾ ਦੇਣਾ। ਪੁੱਤ, ਸਕੂਲ ਚ ਮੇਰੀ ਸਹੇਲੀ ਪੜ੍ਹਦੀ ਸੀ, ਗਿੱਠ ਲੰਮੀ ਤਾਨ ਜੱਟੀ ਦੀ, ਮੋਰਾ ਤਰ੍ਹਾਂ ਪਹਿਲਾਂ ਪਾਉਂਦੀ ਸੀ ਜਦੋਂ ਤੁਰਦੀ ਸੀ। ਤੂੰ ਇੱਕ ਵਾਰ ਮੂੰਹ ਮੋਲ, ਮੈਂ ਉਹਦਾ ਰਿਸ਼ਤਾ ਕਰਾ ਦਿੰਦਾ। ਉਹ ਮਾਮਾ ਆਪਣੀ ਮਾਂ ਦੀ ਉਮਰ ਥੋੜੀ ਲੈਣੀ ਆ। ਓਏ, ਵੱਡੀ ਉਮਰ ਦਿਆਂ ਨੂੰ ਜ਼ਿਆਦਾ ਤਜਰਬਾ ਹੁੰਦਾ, ਤੈਨੂੰ ਨਿਆਣਿਆਂ ਤਾਂ ਰੱਖੂਗੀ ਉਹ। ਉਹ ਮਾਮਾ ਜਾ ਸੌਂ ਜਾ ਕੇ, ਬਹੁਤ ਟਾਈਮ ਹੋ ਗਿਆ। ਮੈਨੂੰ ਨਾ ਉਹਨਾਂ ਦੇ ਘਰੇ ਲੈ ਕੇ ਚੱਲ ਮੁੰਡੇ ਵਾਲਿਆਂ ਦੇ, ਉਹ ਦਾਜ ਮੰਗਦੇ ਆ ਨਾ। ਮੈਨੂੰ SSP ਦਾ ਮੁੰਡਾ ਨਾ ਸਮਝੀ, ਜੇ ਸਾਰਾ ਟੱਬਰ ਅੰਦਰ ਨਾ ਕਰਾਦਾ, ਮੈਨੂੰ ਕੁੱਕੜ ਨਾ ਜਾਣੀ ਕੁੱਕੜ ਕੇ ਲੋਏ। ਉਹ ਮਾਮਾ ਕਿਹੜਾ ਮੁੰਡਾ, ਕਿਹਦਾ ਮੁੰਡਾ? ਉਹ ਕੁੜੀ ਵਾਲੇ ਆ। ਫਿਰ ਜੋ ਵੀ ਹੈ ਉਹਨਾਂ ਦੇ ਲੈ ਜਾ, ਜਿਹੜੇ ਤੈਨੂੰ ਤੰਗ ਕਰਦੇ ਆ ਭਾਂਜਾ। ਮਾਮਾ ਜੇ ਤੈਨੂੰ ਲੈ ਗਿਆ ਨਾ, ਜਿਹੜੀ ਥੋੜੀ ਜਿਹੀ ਉਮੀਦ ਆ ਨਾ, ਉਹ ਵੀ ਟੁੱਟ ਜੂ। ਇਹਦਾ ਮਤਲਬ ਮਾਮੇ ਦੀ ਲੋੜ? ਕੋਈ ਲੋੜ ਨਹੀਂ ਮਾਮਾ, ਕੋਈ ਲੋੜ ਨਹੀਂ, ਕੋਈ ਲੋੜ ਨਹੀਂ। ਸੌਂ ਜਾ, ਸੌਂ ਜਾ, ਸੋਚ ਲਾ, ਸੌਂ ਜਾ। ਉਹ ਸੌਂ ਜਾ ਮਾਮਾ, ਸੌਂ ਜਾ। ਮਰਜ਼ੀ ਆ ਭਾਂਜਾ, ਲੋੜ ਪਈ ਤੈਨੂੰ।
ਕਿਵੇਂ ਭੈਣੇ ਕੱਲੀ ਲੱਗੀ ਪਈ ਆ ਰਸੋਈ ਚ ਪ੍ਰਾਹੁਣਾ ਨੀ ਦਿੱਤਾ ਉਹ ਮਾਰਕੀਟ ਗਏ ਨੇ ਤੜਕੇ ਤੜਕੇ ਮਾਰਕੀਟ ਕੀ ਲੈਣ ਗਿਆ ਮੈਨੂੰ ਕਿਹੜਾ ਦੱਸ ਪੁੱਛ ਕੇ ਜਾਂਦੇ ਨੇ ਸਾਲੇ ਲਿਬੜੇ ਜੇ ਦੀ ਇੰਨੀ ਹਿੰਮਤ ਤੇਰੀ ਪਰਮਿਸ਼ਨ ਤੋਂ ਬਿਨਾਂ ਹੀ ਜਾਂਦਾ ਰਹਿੰਦਾ ਹੋਰ ਗੱਲ ਸੁਣ SSP ਮੇਰਾ ਯਾਰ ਹੈ 2 ਕਿਲੋ ਭੁੱਕੀ ਪਵਾ ਦੇਣਾ ਤੱਕਲੇ ਵਰਗਾ ਸਿੱਧਾ ਹੋ ਜਾਊਗਾ ਤੇਰਾ ਯਾਰ ਨੀ ਤੇਰਾ ਬਾਪ SSP ਫਿਰ ਬੇਅੰਤ ਸਿੰਘ ਕੌਣ ਹੋਇਆ ਉਹ ਦਰਜੀ ਹੈ ਜਿਹੜਾ ਪਾਪਾ ਜੀ ਦੀ ਵਰਦੀ ਸਿਲਦਾ ਵੀਰੇ ਤੈਨੂੰ ਇਹਨਾਂ ਗੱਲਾਂ ਕਰਕੇ ਹੀ ਨਾ ਭਾਬੀ ਤੈਨੂੰ ਛੱਡ ਕੇ ਗਈ ਹੈ ਹੁਣ ਇਹ ਸੋਚਣਾ ਪੈਣਾ ਵੀ ਮੇਰਾ ਯਾਰ ਕਿਹੜਾ ਸੀ ਚੱਲ ਛੱਡ ਪਰਾਂ ਆ ਹੈਪੀ ਸਵੇਰ ਦਾ ਉੱਠਿਆ ਹੀ ਨਹੀਂ ਤੜਕੇ ਤੜਕੇ ਅਖਬਾਰ ਪੜ੍ਹੀ ਜਾਂਦਾ ਸੀ ਆ ਲੈ ਚੜ੍ਹ ਗਿਆ ਜਾਂਦਾ ਇਹ ਲਿਆ ਆ ਗਿਆ ਪੈਰੀ ਪੈਣਾ ਮੰਮੀ ਜੀ ਕਿਉਂ ਬੇ ਸਵੇਰ ਦਾ ਉੱਠ ਕੇ ਮਾਂ ਨੂੰ ਮਿਲਣ ਨਹੀਂ ਆਇਆ ਤੜਕੇ ਤੜਕੇ ਕੁੜੀਆਂ ਦੀਆਂ ਫੋਟੋਆਂ ਵੇਖੀ ਜਾਂਦਾ ਸੀ ਕਹਿੰਦਾ ਮੈਂ ਤਾਂ ਹੋਰ ਨਾ ਵਿਆਹ ਕਰਾਊਂਗਾ ਉਹ ਬਸ ਕਰੋ ਮਾਮਾ ਜੀ ਕੀ ਬੋਲੀ ਜਾ ਰਹੇ ਹੋ ਆ ਦੇਖੋ ਮੰਮੀ ਜੀ ਪੰਜਾਬ ਪੁਲਿਸ ਦੀਆਂ ਭਰਤੀਆਂ ਨਿਕਲੀਆਂ ਨੇ ਮੈਂ ਟੈਸਟ ਦੇਣਾ ਕੀ ਪਤਾ ਮੇਰੀ ਸਿਲੈਕਸ਼ਨ ਹੀ ਹੋ ਜਾਵੇ ਕੀ ਲੋੜਾ ਆਪਦੇ ਪਿਓ ਦੇ ਥਾਂ ਤੇ ਲੱਗ ਜਾ ਵੀਰੇ ਕੀ ਬੋਲੀ ਜਾਂਦਾ ਪੁੱਤ ਤੇਰਾ ਤਾਂ ਵਿਆਹ ਰੱਖਿਆ ਹੋਇਆ ਹੈ ਨਾਲੇ ਹਲੇ ਤਾਂ ਤੂੰ ਅੱਗੇ ਹੋਰ ਪੜ੍ਹਨਾ ਹੈ ਨਹੀਂ ਮੰਮੀ ਜੀ ਮੈਂ ਅਜੇ ਵਿਆਹ ਨਹੀਂ ਕਰਾਉਣਾ ਕਰਾ ਜੇ ਜੇ ਤੇਰੇ ਪਿਓ ਨੇ ਲੱਲਰ ਲਾ ਤੇ ਹੋ ਜੇ ਤੂੰ ਲਾ ਦੇਗਾ ਪਰ ਪੁੱਤ ਤੂੰ ਇਹ ਕੀ ਕਹਿ ਰਿਹਾ ਹੈ ਮੈਂ ਸਹੀ ਕਹਿ ਰਿਹਾ ਹਾਂ ਨੌਕਰੀ ਦੇ ਨਾਲ ਨਾਲ ਮੈਂ ਪੜ੍ਹਦਾ ਰਹਾਂਗਾ ਇੱਕ ਵਾਰੀ ਵੱਡਾ ਅਫਸਰ ਬਣਿਆ ਉਸ ਤੋਂ ਬਾਅਦ ਵਿਆਹ ਬਾਰੇ ਸੋਚਾਂਗਾ ਪਰ ਅਜੇ ਨਹੀਂ ਖੈਰ ਕਹਿ ਤਾਂ ਸਹੀ ਰਿਹਾ ਹੈ ਅਸੀਂ ਤਾਂ ਤੇਰਾ ਵਿਆਹ ਰੱਖਿਆ ਹੋਇਆ ਤੂੰ ਕਹੀ ਕੀ ਜਾਣਾ ਹੈ ਹਾਂ ਨਹੀਂ ਮੰਮੀ ਜੀ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ ਨਹੀਂ ਤਾਂ ਮੈਂ ਸਿੰਮੀ ਨੂੰ ਕਹਿ ਦਿੰਦਾ ਵਾਂ ਜਿੱਥੇ ਵਿਆਹ ਕਰਾਉਣਾ ਕਰਾ ਲਵੇ ਪਰ ਪੁੱਤ ਪਤਾ ਲੱਗੇ ਕੀ ਗੱਲ ਹੋਈ ਹੈ ਮੰਮੀ ਜੀ ਤੁਸੀਂ ਨਹੀਂ ਚਾਹੁੰਦੇ ਤੁਹਾਡਾ ਪੁੱਤ ਅਫਸਰ ਬਣ ਜਾਵੇ ਪੁੱਤ ਇਹ ਤਾਂ ਹਰੇਕ ਮਾਂ ਦਾ ਸੁਪਨਾ ਹੁੰਦਾ ਵੀ ਉਹਦਾ ਪੁੱਤ ਕੁਛ ਨਾ ਕੁਛ ਬਣੇ ਫਿਰ ਮੰਮੀ ਜੀ ਮੈਨੂੰ ਹੁਣ ਕੁਛ ਬਣ ਲੈਣ ਦਿਓ ਮੈਨੂੰ ਆਪਣਾ ਆਸ਼ੀਰਵਾਦ ਦਿਓ ਜਿਉਂਦਾ ਰਹਿ ਓਏ ਅਫਸਰ ਜਿੱਡਾ ਮਰਜ਼ੀ ਬਣ ਜੀ ਪਰ ਆ ਪਿਓ ਵਾਲੀਆਂ ਕਰਤੂਤਾਂ ਨਾ ਕਰੀ ਚੱਲ ਭੈਣੇ ਚਾਹ ਬਣਾ ਆਂਡਾ ਕਦੋਂ ਦਾ ਉਬਲ ਗਿਆ ਕਾਮਯਾਬ ਇਨਸਾਨ ਬਣਨਾ ਤੇ ਫਿਰ ਬਣ ਜਾਓ ਮੈਂ ਕਦੀ ਰੋਕਿਆ ਤੁਹਾਨੂੰ ਬਟ ਉਹਦੇ ਚੱਕਰ ਚ ਤੁਸੀਂ ਮੈਨੂੰ ਕਿਉਂ ਭੁੱਲ ਰਹੇ ਹੋ ਹੁਣ ਸਿਰਫ ਮੈਨੂੰ ਮੇਰਾ ਫਿਊਚਰ ਆ ਉਸ ਤੋਂ ਇਲਾਵਾ ਮੈਨੂੰ ਜ਼ਿੰਦਗੀ ਚ ਕੁਝ ਨਹੀਂ ਚਾਹੀਦਾ ਤੂੰ ਵੀ ਨਹੀਂ ਤੇ ਸਾਫ ਜੀ ਗੱਲ ਆ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਗੱਲ ਤਾਂ ਸੁਣੋ
हैप्पी है की तरीका होया तुसी ते मेरे नाल ऐंदा ट्रीट कर रहे हो जिद्दां मैनू जानदे नहीं। सिमी जब दिल दे विच फिक पै जावे ना तां दोबारा कदे ठीक नहीं हुंदी नाल कच्ची डोर दे रिश्तेयां नूं तां टुट्टी जाणा चाहीदा। तुसी ऐदां ना कहो तुहानूं की होया। देख सिमी जिथे तेरे घर दे कह रहे ने तू विआह करवा ला अजे भी कुछ नहीं बिगड़िया मैनू अजे सैटल होण नूं बहुत टाइम लगना। तुसी ऐ क्यों कह रहे हो ते उहनां सपनिआं दा की होऊगा जिहड़े आपां मिल के देखे ने। किहड़े सुपनिआं दी गल कर रही हां सिमी जिथे विश्वास नहीं ना हुंदा उत्थे प्यार कदे नहीं हो सकदा। तुसी ऐदां ना कहो मैं तुहानूं बहुत प्यार करदी हां। तू मैनूं प्यार करदी हां? हां तां एक मिंट उरे रुक। ठीक है ले सिमी। ऐ की है? सिंदूर। दूर। सिंदूर? तू वाकई मेरे ना प्यार कर दिया ना? तू वाकई मेरे बिना रह नहीं सकती? तापा अजी ब्याह करावांगा। मैं तेरे ना वादा करदा जब तक सब कुछ ठीक नहीं हो जांदा मैं किसी ना कोई गल नहीं करदा। मैं अपने माँ प्यो तो बगैर ब्याह नहीं करा सकती तू मेरी मजबूरी समझ प्लीज। समझ तो मेनू आ गई सिमी जिथे तेरे घर दे तेरा हाथ देंगे ना तू प्यार ना उथे अपना हाथ फड़ाएंगी। तू मेरी गल क्यों नहीं समझ रहा? सब समझ गया हूं मैं। मेरी एक गल याद रखी सिमी ये प्यार नहीं हुंदा ये बेवफाई है। तेनू कीता सी प्यार प्यार साडे विच किथे कमी रह गई करदी रही क्यों साडे पिठ पीछे वार प्यार साडे विच किथे कमी रह गई करदी रही क्यों साडे पिठ पीछे वार ओ बेवफा ओ बेवफा बिक के मैं पूरी करदा रहा साडी गोली विच पावे कख ना रहा तेरे सुपने पूरे करदा रहा साडी गोली विच पावे कख ना रहा तेरे सुपने पूरे करदा रहा ओ बेवफा ओ बेवफा तू बेवफा रब वसदा मैनू की पता सी तेरे झूठ सच दा अखा बंद एतबार करदा रहा एक तरफा ही प्यार करदा रहा अखा बंद एतबार करदा रहा एक तरफा ही प्यार करदा रहा ओ बेवफा ओ बेवफा सर्व संपदा का हर
ਉਹ ਬੱਲੇ ਪੁੱਤਰਾ ਜੋਸੂ ਵੀ ਆਇਆ ਪੈਰੀ ਪੈਣੇ ਚਾਚਾ ਜੀ ਜਿਉਂਦਾ ਰਹਿ ਨਹੀਂ ਚਾਚਾ ਜੀ ਡੈਡੀ ਨਹੀਂ ਆਏ ਅੱਜ ਮੇਰੇ ਪਿੰਡ ਚਾਚੇ ਦੀ ਕਿਵੇਂ ਯਾਦ ਆ ਗਈ ਤੈਨੂੰ ਚਾਚਾ ਜੀ ਦਿਲ ਨਹੀਂ ਲੱਗ ਰਿਹਾ ਸੀ ਸੋਚਿਆ ਤੁਹਾਨੂੰ ਮਿਲ ਕੇ ਆਵਾਂ ਘਰੇ ਗਿਆ ਤਾਂ ਪਤਾ ਲੱਗਿਆ ਤੁਸੀਂ ਗੁਰੂ ਘਰ ਆਏ ਹੋ ਇਸ ਕਰਕੇ ਸਿੱਧਾ ਹੀ ਉਰੇ ਆ ਗਿਆ ਬਾਪੂ ਨਾਲ ਤਾਂ ਝਗੜਾ ਨਹੀਂ ਹੋਇਆ ਫਿਲਹਾਲ ਤਾਂ ਝਗੜਾ ਆਪਣਿਆਂ ਨਾਲ ਹੀ ਹੋਇਆ ਜੀ ਵਕਤ ਬਦਲਦਿਆਂ ਲੋਕ ਕਿੰਨੀ ਜਲਦੀ ਬਦਲ ਜਾਂਦੇ ਨੇ ਇਹ ਹੁਣ ਪਤਾ ਲੱਗਿਆ ਚਾਚਾ ਜੀ ਇਹ ਤਾਂ ਦੁਨੀਆਂ ਦਾ ਦਸਤੂਰ ਹੈ ਪੁੱਤਰਾ ਦੁਨੀਆਂ ਦਾ ਦਸਤੂਰ ਹੈ ਮੈਂ ਬਹੁਤ ਨੇੜਿਓਂ ਦੇਖੀ ਆ ਦੁਨੀਆਂ ਤੇ ਦੁਨੀਆਂ 'ਚ ਵਸਦੇ ਲੋਕ ਸਿੰਮੀ ਦੇ ਡੈਡੀ ਜੋ ਖੁਦ ਚਾਹੁੰਦੇ ਸੀ ਕਿ ਸਿੰਮੀ ਦਾ ਰਿਸ਼ਤਾ ਮੇਰੇ ਨਾਲ ਹੋ ਜਾਵੇ ਇਹਦੇ ਡੈਡੀ ਜੇ ਸਸਪੈਂਡ ਹੋਏ ਨਾਲ ਦੀ ਨਾਲ ਹੀ ਉਹਨਾਂ ਦੇ ਵਿਚਾਰ ਬਦਲ ਗਏ ਢਲਦੇ ਸੂਰਜ ਨੂੰ ਕੋਈ ਨਹੀਂ ਦੇਖਦਾ ਪੁੱਤ ਸਭ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ ਸਭ ਚੜ੍ਹਦੇ ਸੂਰਜ ਨੂੰ ਤਾਂ ਹੀ ਤਾਂ ਕਹਿਣਾ ਹੁੰਦਾ ਮੈਂ ਕਿ ਜ਼ਿੰਦਗੀ 'ਚ ਕਾਮਯਾਬ ਹੋਣਾ ਲਾਜ਼ਮੀ ਹੈ ਸਹੀ ਹੈ ਚਾਚਾ ਜੀ ਹੁਣ ਮੈਂ ਇਹੀ ਸੋਚਿਆ ਕਿ ਜ਼ਿੰਦਗੀ 'ਚ ਕਾਮਯਾਬ ਹੋ ਕੇ ਦਿਖਾਊਂਗਾ ਕੁਛ ਕਰਕੇ ਦਿਖਾਊਂਗਾ ਸਹੀ ਫੈਸਲਾ ਲਿਆ ਪੁੱਤ ਸਹੀ ਜੀ ਚਾਚਾ ਜੀ ਤੂੰ ਦੇਖਦਾ ਜਾਈ ਜਦੋਂ ਤੂੰ ਕਾਮਯਾਬ ਹੋਣਾ ਸ਼ੁਰੂ ਹੋਇਆ ਨਾ ਉਹ ਲੋਕ ਜਿਨ੍ਹਾਂ ਨੇ ਤੇਤੋਂ ਅੱਖਾਂ ਫੇਰ ਲਈਆਂ ਉਹਨਾਂ ਦਾ ਨਜ਼ਰੀਆ ਹੀ ਬਦਲ ਜਾਊਗਾ ਆਪਾਂ ਤਾਂ ਇੱਥੇ ਗੱਲਾਂ ਕਰਨ ਲੱਗ ਗਏ ਆਹ ਘਰ ਨੂੰ ਚੱਲਦੇ ਨਹੀਂ ਚਾਚਾ ਜੀ ਹੁਣ ਮੈਂ ਚੱਲਦਾ ਫਿਰ ਕਦੇ ਮਾਰੂੰਗੇੜਾ ਮੈਨੂੰ ਆਸ਼ੀਰਵਾਦ ਦਿਓ ਹਾਂ ਆਸ਼ੀਰਵਾਦ ਬਾਬਾ ਜੀ ਦੇਣਗੇ ਤੈਨੂੰ ਬਾਬਾ ਜੀ ਮਿਹਰ ਕਰੋ ਜਿਉਂਦਾ ਰਹਿ ਚੰਗਾ ਵਾਹਿਗੁਰੂ ਰਿਸ਼ਤਾ ਤੋੜਦਾ ਉਹਨੇ ਮੈਨੂੰ ਵਿਆਹ ਕਰਨ ਵਾਸਤੇ ਮਨਾ ਕਰਤਾ ਹੈਪੀ ਐਵੇਂ ਕਰ ਤਾਂ ਨਹੀਂ ਸਕਦਾ ਬੇਟਾ ਜ਼ਰੂਰ ਉਹਦੀ ਕੋਈ ਮਜਬੂਰੀ ਰਹੀ ਹੋਏਗੀ ਨਹੀਂ ਉਹਦੀ ਕੋਈ ਮਜਬੂਰੀ ਨਹੀਂ ਹੈ ਉਹਨੂੰ ਵੀ ਪਤਾ ਲੱਗ ਗਿਆ ਕਿ ਉਹਦੇ ਬੁਰੇ ਟਾਈਮ 'ਚ ਉਹਦੇ ਨਾਲ ਕੋਈ ਵੀ ਨਹੀਂ ਹੈ ਪਰ ਤੂੰ ਤਾਂ ਹੁਣ ਵੀ ਉਹਦੇ ਨਾਲ ਹੈ ਨਾ ਤੂੰ ਤਾਂ ਰਿਸ਼ਤਾ ਨਹੀਂ ਤੋੜਿਆ ਪਰ ਪਾਪਾ ਨੇ ਤੇ ਮਨਾ ਕਰ ਦਿੱਤਾ ਪੁੱਤ ਪਾਪਾ ਦੇ ਕਹਿਣ ਨਾਲ ਕੀ ਹੁੰਦਾ ਮੈਨੂੰ ਪਤਾ ਤੂੰ ਮੇਰੀ ਬਹੁਤ ਸਿਆਣੀ ਧੀ ਹੈ ਤੈਨੂੰ ਵੀ ਆਪਣੀ ਜ਼ਿੰਦਗੀ ਦਾ ਫੈਸਲਾ ਲੈਣ ਦਾ ਪੂਰਾ ਹੱਕ ਹੈ ਨਾਲੇ ਹੈਪੀ ਦਿਲ ਦਾ ਬੁਰਾ ਨਹੀਂ ਹੈ ਮੁੰਡਾ ਮੈਂ ਸਮਝ ਸਕਦੀ ਹਾਂ ਕਿ ਸਮਾਂ ਜ਼ਰੂਰ ਬੁਰਾ ਚੱਲ ਰਿਹਾ ਪਰ ਹੈਪੀ ਬੁਰਾ ਨਹੀਂ ਨਾਲੇ ਹੁਣ ਤਾਂ ਉਹਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਪੂਰਾ ਅਹਿਸਾਸ ਹੋ ਗਿਆ ਹਾਂਜੀ ਮੰਮੀ ਜੀ ਤੂੰ ਹਿੰਮਤ ਨਾ ਹਾਰ ਸਭ ਠੀਕ ਹੋ ਜਾਏਗਾ ਅਜੇ ਵੀ ਕੁਝ ਨਹੀਂ ਵਿਗੜਿਆ ਸਿੰਮੀ ਬੇਟਾ ਤੂੰ ਇੱਥੇ ਪੈਰੀ ਪੈਣੇ ਆਂਟੀ ਜੀ ਜਿਉਂਦੀ ਰਹਿ ਪੁੱਤ ਮੈਂ ਤੇਰੀ ਆਂਟੀ ਨਹੀਂ ਮੰਮੀ ਹੈ ਠੀਕ ਹੈ ਮੰਮੀ ਜੀ ਤੂੰ ਇੱਥੇ ਰੁਕ ਮੈਂ ਤੇਲ ਤਾਂ ਚੋਲਵਾਂ ਕਿਉਂ ਤੇਲ ਚੋਣ ਨੂੰ ਨੋ ਸਾਡੀ ਫਸ ਕੇ ਚੱਲਦੀ ਹੈ ਤੁਸੀਂ ਵੀ ਨਾ ਪੈਰੀ ਪੈਣੇ ਪਾਪਾ ਜੀ ਜਿਉਂਦੀ ਰਹਿ ਹੋਰ ਪੁੱਤ ਘਰੇ ਸਭ ਠੀਕ ਠਾਕ ਨਾ ਹੁਣ ਸਾਰੀ ਇੰਟਰਵਿਊ ਦਰਾਂ ਚ ਲੈ ਲੇਗੀ ਕਿ ਅੰਦਰ ਵੀ ਲੈ ਕੇ ਜਾਏਗੀ ਨਾ ਨਾ ਅੰਦਰ ਵੀ ਚੱਲਦੇ ਆ ਆਜਾ ਪੁੱਤ ਹਾਂਜੀ ਆਜਾ ਪੁੱਤ ਆਜਾ ਆਜਾ ਜੀ ਆਇਆ ਨੇ ਤੇਰਾ ਆਪਣਾ ਘਰ ਆ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਚਾਹ ਦੀ ਲੋੜ ਨਹੀਂ ਮੰਮੀ ਕੋਈ ਨਹੀਂ ਪੁੱਤ ਲੋੜ ਕਿਉਂ ਨਹੀਂ ਬੱਲੀ ਇਹਦੇ ਬਹਾਨੇ ਮੈਨੂੰ ਵੀ ਘੁੱਟ ਘੁੱਟ ਮਿਲ ਜੂਗੀ ਦੇਖੋ ਜੀ ਬੰਦਾ ਅਸੂਲਦਾ ਪੱਕਾ ਭਾਵੇਂ ਹੋਵੇ ਚਾਹ ਤੇ ਭਾਵੇਂ ਹੋਵੇ ਚੂਹ ਪੀਂਦਾ ਦੋ ਘੋਟੀ ਆ ਇਹ ਆ ਜੀ ਹੈਪੀ ਦੇ ਮਾਮਾ ਕੁੱਕੜ ਸਿੰਘ ਜੀ ਕੁੱਕੜ ਸਿੰਘ ਜੀ ਤੁਹਾਡੀ ਹੋਣ ਵਾਲੀ ਭਾਣਜ ਨੂੰ ਆ ਪੈਰੀ ਹੱਥ ਲਵਾਓ ਸਤਿ ਸ਼੍ਰੀ ਅਕਾਲ ਓਏ ਬਿੱਜੂ ਆ ਮੈਂ ਪੈਰੀ ਹੱਥ ਲਵਾਉਣ ਨੂੰ ਕਿਹਾ ਸੀ ਨਾ ਕਿ ਲਾਉਣ ਨੂੰ ਓ ਅੱਛਾ
पैरी पैने मामा जी। सदा सुहागा रहो, व्याह तो बाद बैजो। रात की खासियां बात घट हो लगती है। ये तो उपर वाले की कृपा पुत, जो हुई वाद ही हुई है, घाट तो हुई नहीं। उपर असी जो रहने और बेटे मम्मी नु ले आना सी। ओ मम्मी जी बस ले आना सी पुत आपकी मामी नु। ऐस बहाने मामी ना मिलनी हो जाती। ओए मूर्खा, मैं मम्मी कहा मामी नी। वैसे ये भी सच्चा, मिलनी के टाइम तो इन्हें कित लभना। भाणजे के विह का चा ही इन्ना होना कि मिलनी के टाइम तो नाली च पिया, पता नहीं कितने मिलनी करता होना। ऐवें ना मेरे वीर नु तंग करी जाओ। चाह गई, लो चाह पियो। आलो ए आलो। मम्मी मैं ताडे नाल 5 मिनट बैठना सी ते तुसी ओही टाइम चाह बनाण नु लाता। 5 मिनट क्यों पुत, तू जिन्ना चिर मर्जी बैठ, तेरा अपना घर। हाँ। वैसे पुत कहंदे हुंदे ने भी कुड़ी अपने सहुरे घर पहली बार पैर ब्याले दिने पौंदी हुंदी है। केड़ी सदी दीआं गल्लां कर रही है। पता सी मैनू इस गल दा, ताही मैं अपने घरदिआं नु दस के नहीं आई, पर गल ही एहो जी सी, मैनू आना पिया। हाय रब्बा, तैनू इक्को दम आना पिया, पर एहो जी केड़ी गल सी? मम्मी जी, हैप्पी मैनू रिश्ता तोड़न वास्ते कह रहे सी। अजकल मेरे नाल चज नाल गल ही नहीं करते। कल ते उन्होंने मैनू साफ साफ कहता मैं तेरे नाल व्याह नहीं कर सकता। मैनू पता क्यों नहीं कर सकता? पैणे ओ किसी होर कुड़ी नू प्यार करदा ते उससे नाल ही व्याह कराऊगा। ओ चुड्डुआ, ए ओही कुड़ी है जिनू ओ प्यार करदा। तो दे बारे गल करदा सी ओ। पुत तू चिंता ना कर, उनू घरे आउण दे, मिलन आउदी खबर। पर ओ इदां कर क्यों रिहा है? पता नहीं क्यों कर रहे ने। तुसी उन्हां नाल गल कर लियो, मैं नहीं चाहती किसी भी वजह करके साडा रिश्ता खराब होवे। ठीक है, मैं चलदी हां। पुत इदां रिश्ते टुटदे हुंदे ने, तू 2 मिनट बैठ, मैं हुणे आई। ला दसो, भैन भी मेरी सिधरी है, 2 मिनट च हैप्पी नूं कित्थों लभ लूं? यार तुहाडा तां खानदानी इदां दा, मैनूं नहीं लभिया। जीजा, क्यों नूं सामने बेइज्जती करी जाना? पहली वारी कीती है। आ गई। ले पुत वाह कर। वाह क्यों? हाँ तू वाह कर। पैणिया बेबे वाले कंगन नहीं? हाँ, ये मेरी माँ ने मैनू मेरे ब्याह ते दित्ते सी, ते अज तो बाद ये तेरे हो गए। मम्मा जी रहन दिंदे, एदी की लोड़ सी? पुत्ते शगना दी चीज है, मना नहीं करी दी हुंदी। ठीक है, नाले तू मेरे घरे पहली बार आई, मैं तेनू खाली थोड़े तोड़ दंदी। थैंक यू मम्मी जी। ठीक है मम्मी जी, हुण मैं चलदी हां। ठीक है पुत, जिउंदी बसदी रह। जिउंदी रह। सिम्मी ए की? ए मैनू मम्मी ने दिते ने। ए तू की कह रही है? मैं ठीक कह रही हूँ, मैं हैप्पी दे घर गई सी। तुहानू ते पता ही है वो किन्ने दिनां दी मेरे नाल चज नाल गल नहीं कर रहा सी। सिम्मी ये तू बहुत गलत कीता, जे तेरे पापा नू पता लग गया तां। वाह, वाह सिम्मी वाह, बहुत वधिया कीता तू, मैनू तेरे तो एहो उम्मीद सी। पापा ए क्यों कह रहे हो तुसी? जब तेनू पता सी के मैं इस रिश्ते दे हक विच नहीं हाँ, तावें तू उन्हां दे घरे चली गई ना, तेनू कोई फर्क नहीं पैंदा के लोकां विच तेरे प्यो दी बदनामी हुंदी है? पापा एदा ना कहो, उस च हैप्पी दा की कसूर है? गलती ते उन्हां दे पापा तो हुई है ना, ते उस दी सजा सानू क्यों? ना, दरअसल गलती मेरी सी, मेरी गलती सी जो मैं तेनू इन्ना प्यार दिता, ए सिला दिता है तू तेरे पापा दे लाड प्यार दा? प्लीज पापा एदा ना बोलो। बस बहुत हो गया। मम्मी सिमी ठीक कह रही है, हैप्पी बहुत चंगा मुंडा है, तू अपनी सिमी दा बहुत ध्यान रखेगा। कुलजीत, तू इन्ना दे प्यार च अन्नी हो गई है, पर मैं नहीं, ए रिश्ता कदे ही नहीं हो सकता। पापा एदा ना गो। ठीक है, असी उन्हां नू सिमी दा रिश्ता नहीं दवांगे, पर घट्टो घट असी उन्हां नू कुछ समां तां दे सकदे आ ना। मतलब? मतलब ए कि तुसी अजे सिमी दे व्याह दी गल किते होर ना करो, बाकी अगे जो वाहेगुरु करेगा ठीक ही करेगा। मम्मी तू फिकर ना कर, मैं समझाऊंगी उन्हां नू।
ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਇਕੱਲੇ ਆਏ ਹੋ? ਭਾਈ ਸਾਹਿਬ ਨਹੀਂ ਆਏ? ਨਹੀਂ, ਉਹ ਘਰ ਨੇ। ਹਾਂਜੀ, ਹਾਂ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ, ਉਹ ਆਪਣੇ ਕਿਸੇ ਫਰੈਂਡ ਦੇ ਘਰੇ ਨੇ। ਤੁਸੀਂ ਇੱਦਾਂ ਕਰੋ, ਮੈਨੂੰ ਸੈੱਟਾਂ ਦੇ ਵਧੀਆ ਜਿਹੇ ਡਿਜ਼ਾਈਨ ਦਿਖਾਓ। ਹਾਂਜੀ ਜ਼ਰੂਰ। ਦਿਨੇਸ਼ ਆ ਫੜਾਈ, ਆਹ ਦੇਖੋ ਮੈਡਮ ਜੀ। ਨਹੀਂ ਨਹੀਂ, ਇਹਦੇ ਨਾਲ ਦੇ ਤਾਂ ਮੇਰੇ ਕੋਲ 4-5 ਪਹਿਲਾਂ ਹੀ ਘਰੇ ਬਣੇ ਪਏ ਨੇ। ਕੋਈ ਨਹੀਂ, ਹੋਰ ਦਿਖਾਉਣਾ। ਆਹ ਦੇਖੋ, ਇਹ ਤੁਹਾਡੇ ਪਾਇਆ ਬਹੁਤ ਸੋਹਣਾ ਲੱਗੂਗਾ, ਨਾਲੇ ਇਹ ਅੱਜ ਕੱਲ੍ਹ ਦਾ ਲੇਟੈਸਟ ਡਿਜ਼ਾਈਨ ਆ। ਨਹੀਂ ਨਹੀਂ ਨਹੀਂ, ਕੋਈ ਹੋਰ ਲੇਟੈਸਟ ਦਿਖਾਓ ਨਾ। ਨਾ, ਆਹ ਤਾਂ ਮੈਡਮ ਜੀ ਤੁਹਾਨੂੰ ਜ਼ਰੂਰ ਪਸੰਦ ਆਊਗਾ, ਇਸ ਦੀ ਤਾਂ ਮਾਰਕੀਟ ਵਿੱਚ ਡਿਮਾਂਡ ਹੀ ਬਹੁਤ ਆ। ਹਾਂ, ਇਹ ਸੋਹਣਾ। ਇਹ ਭਲਾ ਕਿੰਨੇ ਕੁ ਤੋਲੇ ਦਾ ਹੋਣਾ? ਮੈਡਮ ਜੀ ਇਹ ਘੱਟੋ ਘੱਟ 2.5 ਲੱਖ ਦਾ ਬਣੂਗਾ। ਚਲੋ ਠੀਕ ਹੈ, ਇਹਦੇ ਨਾਲ ਦੇ 2 ਬਣਾ ਦਿਓ, ਇੱਕ ਮੇਰੇ ਵਾਸਤੇ, ਇੱਕ ਹੈਪੀ ਦੀ ਬੋਟੀ ਵਾਸਤੇ। ਅਸੀਂ ਵਿਆਹ ਤੇ ਦੋਨੇ ਸੱਸ ਨੂੰ ਇਕੱਠੇ ਪਾਵਾਂਗੀਆਂ, ਸੇਮ ਟੂ ਸੇਮ। ਅੱਛਾ ਭਾਜੀ, ਤੁਹਾਨੂੰ ਕਿੰਨੇ ਕੁ ਪੈਸੇ ਐਡਵਾਂਸ ਦੇ ਦਵਾਂ? ਮੈਡਮ ਜੀ ਤੁਸੀਂ ਕਿਹੜਾ ਪਹਿਲੀ ਵਾਰ ਆਏ ਹੋ, ਜਦੋਂ ਸੈੱਟ ਲੈਣ ਆਓਗੇ ਉਦੋਂ ਪੈਸੇ ਆ ਜਾਣਗੇ। ਚਲੋ ਠੀਕ ਹੈ ਜੀ, ਪਰ ਤੁਸੀਂ ਸੈੱਟ ਟਾਈਮਲੀ ਤਿਆਰ ਕਰ ਦਿਓ ਪਲੀਜ਼। ਤੁਹਾਨੂੰ ਹਫ਼ਤੇ ਤੱਕ ਮਿਲ ਜਾਣਾ ਜੀ। ਚਲੋ ਠੀਕ ਹੈ ਜੀ। ਠੀਕ ਹੈ ਭੈਣ ਜੀ। ਆ ਵੀ ਸੋਹਣਾ ਲੱਗਦਾ, ਹੋਰ ਦਿਖਾਓ ਭਾਜੀ। ਮੈਡਮ ਜੀ ਇਸਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ। ਪ੍ਰੀਤਮ ਨੂੰ ਫੋਨ ਮਿਲਾਨੀ ਆ। ਆ ਲਓ ਭਾਜੀ, ਆ ਤੁਸੀਂ ਸਾਰੇ ਪੈਕ ਕਰ ਦਿਓ। ਆ ਵੀ ਪੈਕ ਕਰਨਾ? ਆ ਜਾਓ ਇੱਧਰ ਆ ਜਾਓ। ਹਾਂਜੀ ਮੈਡਮ ਜੀ, ਆ 9 ਕਰ ਦਿਓ। ਠੀਕ ਹੈ ਮੈਡਮ ਜੀ। ਆ ਚਲੋ ਆ ਵੀ ਕਰ ਦਿਓ। ਹਾਂਜੀ ਹੈਲੋ ਮੰਮੀ ਜੀ। ਕੀ ਕਰੀ ਜਾਂਦੀ ਹੈ? ਮੈਂ ਮਾਰਕੀਟ ਆਈ ਹੋਈ ਸੀ ਮੰਮੀ, ਸ਼ੋਪਿੰਗ ਕਰਨ ਵਾਸਤੇ। ਕੀ ਖਰੀਦਦਾਰੀ ਕਰ ਰਹੀ ਹੈ? ਮੰਮੀ ਮੈਂ ਅੱਜ ਬਹੁਤ ਸੋਹਣੇ 9 ਸੂਟ ਤੇ 3 ਸਾੜੀਆਂ ਲਈਆਂ ਨੇ। ਇੱਕ ਦੇ ਵਿੱਚ ਤਾਂ ਨਾ ਦਰੀ ਤੇ ਗੋਟੇ ਦਾ ਵਰਕ ਹੋਇਆ ਹੈ, ਵਿੱਚ ਜਰਕਨ ਲੱਗੀ ਹੋਈ ਹੈ। ਤੇਰੇ ਕੋਲ ਇੰਨੀਆਂ ਸਾੜੀਆਂ ਤੇ ਹੈਗੀਆਂ ਪਹਿਲੇ ਹੀ? ਉਹ ਤੇ ਹਲੇ ਤੱਕ ਤੂੰ ਪਾਈਆਂ ਨਹੀਂ, ਹੋਰ ਖਰਚਾ ਕਰਨ ਦੀ ਕੀ ਲੋੜ ਸੀ? ਲੈ ਮੰਮੀ ਜੀ, ਉਹ ਤਾਂ ਪੁਰਾਣੇ ਰਿਵਾਜ ਦੇ ਹੋ ਗਏ, ਉਹ ਕੋਈ ਪਾਉਂਦਾ ਹੁਣ? ਉਹ ਤਾਂ ਮੈਂ ਦੇਣ ਲੈਣ ਵਾਸਤੇ ਰੱਖ ਲਏ। ਦੇਖ ਪੁੱਤਰ, ਮੈਂ ਤੈਨੂੰ ਕਿਵੇਂ ਸਮਝਾਵਾਂ? ਸ਼ੇਰ ਸਿੰਘ ਹਜੇ ਤੱਕ ਸਸਪੈਂਡ ਹੈ। ਪੈਸੇ ਨੂੰ ਸੰਭਾਲ ਕੇ ਰੱਖ, ਬਿਨਾਂ ਗੱਲ ਤੋਂ ਖਰਚੇ ਨਾ ਕਰ। ਪੈਸੇ ਔਖੇ ਵੇਲੇ ਕੰਮ ਆਉਂਦੇ ਨੇ, ਸਮਝ ਰਹੀ ਹੈ? ਮੰਮੀ ਜੀ ਮੈਨੂੰ ਅੱਜ ਤੱਕ ਨਾ ਤਾਂ ਇਹਨਾਂ ਨੇ ਰੋਕਿਆ, ਨਾ ਹੀ ਪਾਪਾ ਜੀ ਨੇ, ਮੇਰੇ ਸਾਰੇ ਸ਼ੌਕ ਪੂਰੇ ਕੀਤੇ ਨੇ, ਇੱਕ ਤੁਸੀਂ ਹੋਈ ਹੋ ਬਸ, ਹਮੇਸ਼ਾ ਟੋਕਾ ਟਾਕੀ ਕਰਦੇ ਰਹਿੰਦੇ ਹੋ ਮੈਨੂੰ। ਦੇਖ ਪੁੱਤਰ, ਮੈਂ ਤੇਰੀ ਮਾਂ ਵਾਂ, ਜੇ ਤੂੰ ਇੱਦਾਂ ਹੀ ਪੈਸਾ ਉਡਾਉਂਦੀ ਰਹੀ ਨਾ ਤੇ ਇੱਕ ਦਿਨ ਸਾਰੇ ਪੈਸੇ ਖਤਮ ਹੋ ਜਾਣੇ ਨੇ। ਅਜੇ ਤੇ ਆਪਾਂ ਹੈਪੀ ਦਾ ਵਿਆਹ ਵੀ ਤੇ ਕਰਨਾ ਹੈ ਨਾ, ਜੇ ਰੱਬ ਨਾ ਕਰੇ। ਸ਼ੇਰ ਸਿੰਘ ਨੂੰ ਵਾਪਸ ਨੌਕਰੀ ਨਾ ਮਿਲੀ ਤੇ ਪੈਸੇ ਕਿੱਥੋਂ ਆਉਣਗੇ? ਸੋਚੀ ਜ਼ਰੂਰ ਪੁੱਤ ਇਸ ਗੱਲ ਤੇ ਜੋ ਮੈਂ ਤੈਨੂੰ ਕਹਿ ਰਹੀ ਹਾਂ। ਤੁਸੀਂ ਠੀਕ ਕਹਿੰਦੇ ਹੋ, ਚੰਗਾ ਹੋਇਆ ਤੁਸੀਂ ਮੈਨੂੰ ਯਾਦ ਕਰਵਾਤਾ, ਮੈਂ ਇਹ ਸਭ ਕੁਝ ਭੁੱਲ ਗਈ ਸੀ। ਠੀਕ ਹੈ ਮੰਮੀ ਜੀ, ਠੀਕ ਹੈ। ਆ ਤੁਹਾਡੇ ਸੂਟ ਪੈਕ ਕਰਤੇ। ਭਾਜੀ ਰਹਿਣ ਦਿਓ, ਮੈਂ ਕੁਝ ਨਹੀਂ ਲੈ ਕੇ ਜਾਣਾ ਜੀ। ਕੀ ਗੱਲ ਹੋ ਗਈ ਮੈਡਮ ਜੀ? ਠੀਕ ਹੈ ਭਾਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੇਹਰ ਕਰੀ ਦਾਤਾ ਤੰਦਰੁਸਤੀ ਬਖਸ਼ੀ, ਸਿਰ ਤੇ ਹੱਥ ਰੱਖੀ, ਵਾਹਿਗੁਰੂ ਵਾਹਿਗੁਰੂ। ਕੀ ਗੱਲ ਹੈ? ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਸੀ। ਅੱਜ ਸ਼ੇਰ ਸਿੰਘ ਨੂੰ ਸਸਪੈਂਡ ਹੋਏ 1 ਮਹੀਨਾ ਹੋ ਗਿਆ। ਤੇ ਫਿਰ ਉਹਨੇ ਆਪਣੇ ਕੀਤੇ ਦੀ ਸਜ਼ਾ ਪਾ ਤੇ ਲਈ ਹੈ, ਪਲੀਜ਼ ਹੁਣ ਤੇ ਉਹਨੂੰ ਮਾਫ਼ ਕਰ ਦਿਓ। ਤੂੰ ਉਹਦੀ ਸਿਫਾਰਿਸ਼ ਲੈ ਕੇ ਆਈ ਹੈ ਮੇਰੇ ਕੋਲ? ਨਹੀਂ ਜੀ ਨਹੀਂ, ਮੈਂ ਉਹਦੀ ਸਿਫਾਰਿਸ਼ ਲੈ ਕੇ ਨਹੀਂ ਆਈ, ਮੈਂ ਬੜਾ ਸੋਚ ਸਮਝ ਕੇ ਕਹਿ ਰਹੀ ਹਾਂ। ਕੀ ਕਹਿ ਰਹੀ ਹੈ ਸੋਚ ਸਮਝ ਕੇ? ਮੇਰੀ ਹੁਣੇ ਹੁਣ ਪ੍ਰੀਤਮ ਨਾਲ ਗੱਲ ਹੋਈ ਸੀ, ਉਹ ਬਾਜ਼ਾਰ ਵਿੱਚ ਸ਼ੋਪਿੰਗ ਕਰਦੀ ਪਈ ਸੀ। ਤੇ ਇਹਦੇ ਸਾਡੀ ਧੀ ਦੀ ਕੀ ਗਲਤੀ ਹੈ? ਗਲਤੀ ਤਾਂ ਸ਼ੇਰ ਸਿੰਘ ਨੇ ਕੀਤੀ ਹੈ, ਉਹ SSB ਦੀ ਕੁੜੀ ਆ, ਉਹਨੂੰ ਪੂਰਾ ਹੱਕ ਹੈ ਜੋ ਮਰਜ਼ੀ ਕਰੇ। ਤੁਸੀਂ ਸਮਝਦੇ ਕਿਉਂ ਨਹੀਂ? ਇੱਕ ਵਾਰੀ ਸੋਚੋ, ਸ਼ੇਰ ਸਿੰਘ ਨੇ ਕਦੀ ਵੀ ਸਾਡੀ ਧੀ ਦਾ ਹੱਥ ਨਹੀਂ ਕੁੱਟਿਆ, ਭਾਵੇਂ ਉਹ ਜਿੰਨਾ ਮਰਜ਼ੀ ਖਰਚਾ ਕਰੀ ਜਾਵੇ। ਅੱਜ ਸ਼ੇਰ 'ਤੇ ਬੁਰਾ ਸਮਾਂ ਚੱਲ ਰਿਹਾ, ਫਿਰ ਵੀ ਸਾਡੀ ਧੀ ਨੂੰ ਤਾਂ ਖੁਸ਼ ਰੱਖ ਰਿਹਾ ਨਾ। ਮੈਂ ਪਤਾ ਕੀ ਕਹਿਣਾ ਚਾਹੁੰਦੀ ਹਾਂ, ਮੈਂ ਇਹ ਚਾਹੁੰਦੀ ਹਾਂ ਕਿ ਸਾਰੀ ਦੁਨੀਆ ਆਪਣੇ ਬੱਚਿਆਂ ਬਾਰੇ ਸੋਚਦੀ ਹੈ। ਤੁਸੀਂ ਵੀ ਇੱਕ ਵਾਰੀ ਆਪਣੇ ਬੱਚਿਆਂ ਬਾਰੇ ਸੋਚੋ, ਦੁਬਾਰਾ ਖੁਸ਼ੀਆਂ ਉਹਨਾਂ ਦੇ ਘਰ ਵਿੱਚ ਆ ਜਾਣਗੀਆਂ। ਮੈਂ ਜਾਣਦੀ ਹਾਂ ਕਿ ਤੁਸੀਂ ਅਸੂਲਾਂ ਦੇ ਬਹੁਤ ਪੱਕੇ ਹੋ, ਪਰ ਇਹੋ ਜਿਹੇ ਅਸੂਲਾਂ ਦਾ ਵੀ ਕੀ ਫਾਇਦਾ ਜਿਹੜੇ ਆਪਣੇ ਬੱਚਿਆਂ ਦਾ ਘਰ ਹੀ ਖਰਾਬ ਕਰ ਦੇਣ। ਪਰ
पर इहो जिहे असूलां दा वी की फायदा फायदा जिहड़े अपने बच्चों का घर ही खराब करदे ने। ਜਸ਼ਨਪ੍ਰੀਤ ਕਿੰਨਾ ਕੰਮ ਕਰ ਕੋਈ ਹੈ ਕਿੱਥੇ ਮਰ ਗਏ ਸਾਰੇ ਮੈਂ ਤਾਂ ਘਰੇ ਵੀ ਨਹੀਂ ਦੱਸ ਕੇ ਆਇਆ ਵੀ ਟੀਚਰਾਂ ਕਰਨਗੇ ਵੀ ਹੁਣ ਕਰਨੀਆਂ ਪਈਆਂ ਨਾ ਪਾਪਾ ਦੀਆਂ ਮਿਹਨਤਾਂ ਚਲੋ ਗਾਂਵ ਵੇਲੇ ਤਾਂ ਲੋਕ ਗਧੇ ਨੂੰ ਵੀ ਪਿਓ ਬਣਾ ਲੈਂਦੇ ਆ ਇਹ ਤਾਂ ਸੁੱਖ ਨਾਲ ਫਿਰ ਮੇਰੀ ਘਰਵਾਲੀ ਦਾ ਸਾਕਾ ਪਿਓ ਆ ਪਾਪਾ 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 ਜੀ ਜਮਾਂ ਜੀ ਨਹੀਂ ਕਰਦਾ ਜੀ ਕਹਿਣ ਨੂੰ ਸ਼ੇਰ ਸਿੰਘ ਆ ਜਾਓ ਮੈਂ ਇੱਧਰ ਹਾਂ ਇਹ ਆਵਾਜ਼ ਤਾਂ ਬੁੜੀ ਦੀ ਆ ਮੰਮਾ ਇੱਥੇ ਬੈਠੀ ਹਾਂ ਮੈਂ ਦਿਲ ਤਾਂ ਨਹੀਂ ਕਰਦਾ ਪੈਣ ਨੂੰ ਪਰ ਪੈ ਹੀ ਜਾਂਦਾ ਕੀ ਕਿਹਾ ਪੈਰੀ ਪੈਣਾ ਮੋਮ ਜਿਉਂਦਾ ਰਹਿ ਵੱਡੀਆਂ ਉਮਰਾਂ ਮਾਨੋ ਕੀ ਕਰਨਾ ਵੱਡੀਆਂ ਉਮਰਾਂ ਤੋਂ ਸਸਪੈਂਸ਼ਨ 'ਚ ਦਿਨ ਤਾਂ ਮੇਰਾ ਇੱਕ ਨਹੀਂ ਲੰਘਦਾ ਚੱਲ ਛੱਡ ਬੈਠ ਬੈਠ ਇੱਕ ਨੇ ਕੁਰਸੀ ਖੋਲੀ ਇੱਕ ਦੇ ਰਹੀ ਆ ਪੁੱਤ ਸ਼ੇਰ ਬਣੀਦਾ ਕਾਹਦੇ ਸ਼ੇਰ ਹੁਣ ਤਾਂ ਨਾਂ ਦੇ ਸ਼ੇਰ ਰਹਿ ਗਏ ਹਾਲਤ ਤਾਂ ਮੇਰੀ ਧੋਬੀ ਦੇ ਕੁੱਤੇ ਵਾਲੀ ਹੋਈ ਪਈ ਨਾ ਕਰਦਾ ਨਾ ਕਾੜਦ ਘਰੇ ਤੁਹਾਡੀ ਧੀ ਨਹੀਂ ਜੀਣ ਦਿੰਦੀ ਬਾਹਰ ਤੁਹਾਡਾ ਘਰ ਵਾਲਾ ਮੈਂ ਵੀ ਕੀ ਕਰ ਸਕਦੀ ਹਾਂ ਪੁੱਤਰ ਕਰਨ ਨੂੰ ਤਾਂ ਬਹੁਤ ਕੁਛ ਕਰ ਸਕਦੇ ਹੋ ਆਪਣੇ ਕੰਮਾਂ ਲਈ ਪਾਪਾ ਨੂੰ ਕਨਵਿੰਸ ਕਰ ਸਕਦੇ ਹੋ ਮੇਰੇ ਕੇਸ ਲਈ ਨਹੀਂ ਤੂੰ ਤੇ ਆਪਣੇ ਪਾਪਾ ਦੇ ਸੁਭਾਅ ਨੂੰ ਜਾਣਦਾ ਨਾ ਅਸੂਲਾਂ ਦੇ ਕਿੰਨੇ ਪੱਕੇ ਨੇ ਸਾਰਾ ਮੈਂ ਕਮਾ ਉਹਨਾਂ ਦੀ ਇਮਾਨਦਾਰੀ ਦੀਆਂ ਸੌਂਹਾਂ ਖਾਂਦਾ ਹੁਣ ਤੂੰ ਆਪ ਹੀ ਦੱਸ ਮੈਂ ਕਿਹੜੇ ਮੂੰਹ ਨਾਲ ਕਹਿ ਦੇਵਾਂ ਕਿ ਆਪਣੇ ਰਿਸ਼ਵਤ ਖੋਰ ਜਵਾਈ ਨੂੰ ਬਹਾਲ ਕਰ ਦਿਓ ਹੈ ਮੈਂ ਤਾਂ ਵਕੀਲ ਨੂੰ ਇਹ ਰੋਂਦਾ ਸੀ ਇੱਥੇ ਤਾਂ ਉਹਦਾ ਮੁਨਸ਼ੀ ਨਹੀਂ ਮਾਣ ਕਾਕਾ ਡਿਜ਼ਰਵ ਤਾਂ ਤੂੰ ਮੁਨਸ਼ੀ ਲੱਗਣਾ ਵੀ ਨਹੀਂ ਕਰਦਾ ਫੁੱਟਫਿਸ਼ ਕਰਦਾ ਪਾਪਾ ਆ ਮੈਂ ਚਾਹ ਲਿਆਉਣੀ ਆ ਕੋਈ ਲੋੜ ਨਹੀਂ ਚਾਹ ਦੀ ਕਾਫੀ ਲੈ ਕੀ ਕਰਨਾ ਆਇਆ ਇੱਥੇ ਪਾਪਾ ਮੈਂ ਤੁਹਾਡਾ ਹਾਲ ਚਾਲ ਪੁੱਛਣਾ ਹੈ ਕਿਉਂ ਮੈਨੂੰ ਗਠੀਆ ਹੋਇਆ ਮੇਰਾ ਹਾਲ ਵੀ ਠੀਕ ਹੈ ਤੇ ਮੇਰੀ ਚਾਲ ਵੀ ਠੀਕ ਹੈ ਚਲੋ ਸ਼ਾਬਾਸ਼ ਚਲੋ ਚਲੋ ਸਸਪੈਂਡਡ ਕਰਮਚਾਰੀ ਲਈ ਮੇਰੇ ਘਰ ਕੋਈ ਥਾਂ ਨਹੀਂ ਚਲੋ ਮੰਨਿਆ ਮੇਰੇ ਲਈ ਤਾਂ ਕੋਈ ਥਾਂ ਨਹੀਂ ਪਰ ਥੋੜ੍ਹੀ ਜਿਹੀ ਥਾਂ ਆਪਣੀ ਧੀ ਲਈ ਜ਼ਰੂਰ ਬਚਾ ਕੇ ਰੱਖਿਓ ਕਿਉਂਕਿ ਅੱਜ ਤੋਂ ਬਾਅਦ ਉਹਨੂੰ ਵੀ ਮੇਰੇ ਵੱਲੋਂ ਸਸਪੈਂਡਡ ਹੀ ਸਮਝਿਓ ਬੰਦਾ ਦੇਵੇ ਭੈਣ ਦੇਵੇ ਤਾਂ ਠੈਣੇਦਾਰ ਨੂੰ ਦੇਵੇ ਕਿਹਦੇ ਮੱਠਿਆਂ ਕਿਹਦੇ ਦਾਲਾਂ ਕਿਹਦੇ ਪੂਜਾ ਬਣ ਉਹ ਮਾਮਾ ਕਿਵੇਂ ਆ ਆ ਬਣ ਜਾ ਕੀ ਬਣਿਆ ਤੇਰੀ ਪ੍ਰਮੋਸ਼ਨ ਦਾ ਬਈ ਉਹ ਮਾਮਾ ਅੱਜ ਤਾਂ ਸਿਲੈਕਸ਼ਨ ਵੀ ਨਹੀਂ ਹੋਈ ਪ੍ਰਮੋਸ਼ਨ ਕਿੱਥੋਂ ਹੋ ਜੂ ਆਪੇ ਹੋ ਜੂਗੀ ਤੂੰ ਆ ਲੱਪਿਆ ਕੇ ਜਾ ਨਾ ਮਾਮਾ ਮੈਂ ਨਹੀਂ ਪੀਂਦਾ ਤੇ ਰਾਤ ਤਾਂ ਲਾਈ ਜਾਂਦਾ ਸੀ ਓਏ ਮੈਂ ਮਾਮਾ ਮੈਨੂੰ ਘਰੋਂ ਨਾ ਕਢਵਾ ਦਿਓ ਕਿਉਂ ਉਹ ਮੈਂ ਬਲੈਕ ਕਾਫੀ ਪੀ ਰਿਹਾ ਸੀ ਗਲਾਸ ਚ ਮੈਂ ਕਿਹਾ ਕਿਤੇ ਤੂੰ ਚੋਰੀ ਪੀ ਜਾਣ ਆਪਣੇ ਪਾਪੇ ਤੋਂ ਡਰਦਾ ਆ ਗਿਆ ਪੁੱਤ ਪੈਰੀ ਪੈਣਾ ਮੰਮੀ ਜੀ ਖੁਸ਼ ਰਹੋ ਰੋਟੀ ਲਿਆਵਾਂ ਤੇਰੇ ਵਾਸਤੇ ਹਾਂ ਜੀ ਰੋਟੀ ਪਾ ਲਓ ਮੰਮੀ ਜੀ ਠੀਕ ਹੈ ਮੰਮਾ ਜੀ ਤੁਸੀਂ ਰੋਟੀ ਖਾ ਲਈ ਤੜਕੇ ਦਾ ਪੁੱਤ ਬਥੇਰਾ ਕੋ ਚਰੀ ਜਾਂਦਾ ਤੁਸੀਂ ਦੋਵੇਂ ਖਾ ਲਓ ਨਾਲੇ ਤੁਸੀਂ ਗੱਲਾਂ ਬਾਤਾਂ ਮਾਰੋ ਤੇ ਮੈਂ ਜਾਣਾ ਕਮਰੇ ਚ ਮੈਂ ਕਰਦਾ ਵਿਸ਼ਰਾਮ ਵੀਰੇ ਬਸ ਕਰ ਹੋਰ ਨਾ ਪੀ ਤੈਨੂੰ ਆਦਤ ਪੈ ਜੂਗੀ ਹਫ਼ਤੇ ਚ 7 ਕੁ ਦਿਨ ਤਾਂ ਮੈਂ ਪੀਨਾ ਇਹ ਆਦਤ ਪੈ ਜੂਗੀ ਹੱਦ ਹੋਈ ਪਈ ਹੈ ਬੰਦਾ ਥਾਣੇਦਾਰ ਨੂੰ ਆਉਂਦੀ ਭੈਣ ਵੀ ਨਾ ਦੇਵੇ ਉਹ ਹੌਲੀ ਹੌਲੀ ਮਾਮਾ ਹੌਲੀ ਦੇਖ ਦੇਖ ਹਰੇ ਤੇ ਲਕੋਈ ਵੀ ਪੀਣੀ ਹੈ ਹਟਦਾ ਨਹੀਂ ਹਟ ਜਾਊਗਾ ਪੁੱਤ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਤੈਨੂੰ ਦੇਖਦੀ ਹਾਂ ਮਿਹਨਤ ਕਰਦੇ ਨੂੰ ਜੀ ਮੰਮੀ ਜੀ ਸੱਚ ਅੱਜ ਸਿੰਮੀ ਆਈ ਸੀ ਆਪਣੇ ਘਰੇ ਉਹ ਕੀ ਕਰਨ ਆਈ ਸੀ ਪੁੱਤ ਐ ਨਹੀਂ ਬੋਲੀ ਦਾ ਹੁੰਦਾ ਉਹ ਮੇਰੀ ਹੋਣ ਵਾਲੀ ਨੂੰਹ ਹੈ ਨਹੀਂ ਮੰਮੀ ਜੀ ਮੈਨੂੰ ਆਪਣੀ ਲਾਈਫ 'ਚ ਇੱਦਾਂ ਦੇ ਬੰਦੇ ਬਿਲਕੁਲ ਨਹੀਂ ਚਾਹੀਦੇ ਜਿਹੜੇ ਮਾੜਾ ਟਾਈਮ ਦੇਖ ਕੇ ਪਿੱਛੇ ਹਟ ਜਾਣ
ਲੈ ਉਹ ਤਾਂ ਕਹਿੰਦੀ ਸੀ ਤੂੰ ਜਵਾਬ ਦਿੱਤਾ ਉਹਨੂੰ ਉਹਨੇ ਨਹੀਂ ਉਹ ਤਾਂ ਅੱਜ ਵੀ ਤੇਰੇ ਨਾਲ ਖੜੀ ਹੈ ਤੈਨੂੰ ਪਿਆਰ ਕਰਦੀ ਹੈ ਤੇਰੇ ਨਾਲ ਰਹਿਣਾ ਚਾਹੁੰਦੀ ਹੈ ਤੈਨੂੰ ਖੁਸ਼ ਦੇਖਣਾ ਚਾਹੁੰਦੀ ਹੈ ਮੈਨੂੰ ਨਹੀਂ ਲੱਗਦਾ ਵੀ ਸਿੰਮੀ ਤੋਂ ਵੱਧ ਤੈਨੂੰ ਹੋਰ ਕੋਈ ਕੁੜੀ ਲੱਭ ਜੂਗੀ ਪਿਆਰ ਕਰਨ ਵਾਲੀ ਡੈਡੀ ਜੀ ਕਿੱਥੇ ਨੇ ਮੰਮੀ ਜੀ ਤੇਰੇ ਨਾਨਾ ਜੀ ਕੋਲ ਗਏ ਨੇ ਬਸ ਆਉਂਦੇ ਹੀ ਹੋਣੇ ਨੇ ਡੈਡੀ ਜੀ ਬਹੁਤ ਪਰੇਸ਼ਾਨ ਨੇ ਨਾ ਆਪਣੀ ਨੌਕਰੀ ਜਾਣ ਕਰਕੇ ਕੋਈ ਨਹੀਂ ਪੁੱਤ ਹੌਲੀ ਹੌਲੀ ਸਭ ਕੁਝ ਠੀਕ ਹੋ ਜੂਗਾ ਹਾਏ ਕੁੰਡਾ ਖੋਲ ਬਸੰਤਰੀਏ ਨੀ ਤੇਰਾ ਢੋਲ ਸਿਪਾਹੀ ਆਇਆ ਸਿਪਾਹੀ ਆਇਆ ਫਿੱਟੇ ਮੂੰਹ ਤੇਰੇ ਹਾਏ ਕੁੰਡਾ ਖੋਲ ਪ੍ਰੀਤ ਮਕੁਰੇ ਨੀ ਤੇਰਾ ਸ਼ੇਰ ਸਿੰਘ ਐਸਐਚਓ ਆਇਆ ਹਾਏ ਕੁੰਡਾ ਖੋਲ ਪ੍ਰੀਤੋ ਨੀ ਤੇਰਾ ਠਣਦਰ ਮਾਈਆ ਆਇਆ ਹਾਏ ਹਾਏ ਕੀ ਹੋਇਆ ਬੜੇ ਖੁਸ਼ ਲੱਗ ਰਹੇ ਹੋ ਦੇਖਦਾ ਨੀ ਮੋਢਿਆਂ ਤੇ ਸਿਤਾਰੇ ਦੁਬਾਰਾ ਵਾਪਸ ਆ ਗਏ ਸੱਚੀ ਤੁਸੀਂ ਬਹਾਲ ਹੋ ਗਏ ਹਾਂ ਯੈਸ ਥਾਣੇਦਾਰ ਸ਼ੇਰ ਸਿੰਘ ਥਾਣਾ ਸਦਰ ਸ਼ੇਰਾਲਾ ਗੇਟ ਪਟਿਆਲਾ ਪਰ ਡੈਡੀ ਜੀ ਇਹ ਚਮਤਕਾਰ ਹੋਇਆ ਕਿੱਦਾਂ ਸਭ ਕਰਤਾਰ ਦੇ ਰੰਗ ਨੇ ਨਾਨਾ ਜੀ ਦਾ ਨਾਮ ਤਾਂ ਅਵਤਾਰ ਸਿੰਘ ਗਿੱਲਾ ਤੁਸੀਂ ਕਰਤਾਰ ਸਿੰਘ ਕਹੀ ਜਾਂਦੇ ਹੋ ਓਏ ਕਣ ਚੱਕਰ ਜੀ ਮੇਰਾ ਮਤਲਬ ਉੱਪਰ ਵਾਲੇ ਨੇ ਤੁਹਾਡੇ ਨਾਨਾ ਜੀ ਦਾ ਹੱਥ ਫੜ ਕੇ ਮੇਰੇ ਰੀਇਨਸਟੇਟ ਆਰਡਰਾਂ ਤੇ ਸਾਈਨ ਕਰਵਾਏ ਨੇ ਕੀ ਗੱਲ ਸਿੱਧੇ ਸਿੱਧੇ ਮੇਰੇ ਬਾਪ ਦਾ ਥੈਂਕਸ ਕਰਦੇ ਤੁਹਾਡੀ ਜੀਵ ਨੂੰ ਬਲ ਪੈਂਦਾ ਕਿਉਂ ਕੋਈ ਆਸਾਨ ਕਰਤਾ ਤੇਰੇ ਪਿਓ ਨੇ ਮੈਨੂੰ ਬਹਾਲ ਕਰਕੇ ਸਸਪੈਂਡ ਵੀ ਤਾਂ ਉਹਨੇ ਕੀਤਾ ਸੀ ਉਹ ਸ਼ੁਕਰ ਕਰੋ ਟਰਮੀਨੇਟ ਨਹੀਂ ਕੀਤਾ ਸੀ ਤੂੰ ਟਰਮੀਨੇਟ ਕਰਨ ਨੂੰ ਮੈਂ ਉਹਨਾਂ ਦੀ ਕੁੜੀ ਕੱਟ ਕੇ ਲੈ ਗਿਆ ਹੋਲਟਾ ਉਹਨਾਂ ਦੀ ਧੀ ਮੈਨੂੰ ਲੈ ਕੇ ਗਈ ਸੀ ਭਜਾ ਕੇ ਕਿਉਂ ਜਵਾਕ ਦੇ ਸਾਹਮਣੇ ਮੇਰਾ ਜਲੂਸ ਕੱਢਦੇ ਹੋ ਉਹ ਤੁਹਾਨੂੰ ਆਪਣੇ ਜਲੂਸ ਦੀ ਪਈਆ ਜਲੂਸ ਤਾਂ ਮੇਰਾ ਨਿਕਲਿਆ ਪਿਆ ਮੇਰੇ ਸਹੁਰਿਆਂ 'ਚ ਨਾਲੇ ਕੋਈ ਲੋੜ ਨਹੀਂ ਅੱਗੇ ਤੋਂ ਰਿਸ਼ਵਤ ਲੈਣ ਦੀ ਹੌਲੀ ਬੋਲ ਸਾਲਿਆ ਦੁਆਰਾ ਨਾ ਸਸਪੈਂਡ ਕਰਾ ਦੀ ਮੈਂ ਤਾਂ ਹੁਣ ਫੈਸਲਾ ਕਰ ਲਿਆ ਕੀ ਕਿ ਆਨ ਡਿਊਟੀ ਮੈਂ ਕਿਸੇ ਸਾਲੇ ਤੋਂ ਪੈਸੇ ਨਹੀਂ ਫੜਿਆ ਕਰਨੇ ਦੇਖੋ ਜੀ ਜਦੋਂ ਤੱਕ ਪਾਪਾ ਜੀ ਰਿਟਾਇਰ ਨਹੀਂ ਹੁੰਦੇ ਤੁਸੀਂ ਬੁੱਲੇ ਵੱਢੋ ਪਰ ਮੈਨੂੰ ਇੱਕ ਗਲਤੀ ਸਮਝ ਨਹੀਂ ਆਈ ਪਾਪਾ ਜੀ ਨੇ ਪ੍ਰੈਸ ਸਾਹਮਣੇ ਇਹ ਸਟੇਟਮੈਂਟ ਕਿਵੇਂ ਦੇਤੀ ਕਿ ਰਿਸ਼ਵਤ ਲੈਂਦੇ ਦੀ ਜਿਹੜੀ ਵੀਡੀਓ ਬਣੀ ਆ ਉਹ ਫੇਕ ਆ ਕੀ ਗੱਲ ਪੁੱਤ ਅੱਜ ਇੱਕਦਮ ਅਚਾਨਕ ਹੀ ਬਿਨਾਂ ਦੱਸੇ ਬਸ ਪਾਪਾ ਜੀ ਮੈਂ ਉਹੀ ਗੱਲ ਕਰਨ ਆਈ ਆ ਤੁਹਾਡੇ ਨਾਲ ਬੇਟਾ ਉਹ ਤਾਂ ਮੈਂ ਤੈਨੂੰ ਪਹਿਲਾਂ ਹੀ ਕਹਿ ਚੁੱਕਿਆ ਸੀ ਜੇ ਉਹ ਵੀਡੀਓ ਅੱਗੇ ਕਿਤੇ ਚਲੀ ਗਈ ਤਾਂ ਮੈਂ ਕੁਝ ਨਹੀਂ ਕਰ ਸਕਾਂਗਾ ਔਰ ਉਹ ਵੀਡੀਓ ਅੱਗੇ ਸਾਹਿਬ ਕੋਲ ਚਲੀ ਗਈ ਹੈ ਹੁਣ ਕੁਛ ਨਹੀਂ ਹੋ ਸਕਦਾ ਬੇਟਾ ਇੰਝ ਨਾ ਕਹੋ ਪਾਪਾ ਜੀ ਮੈਨੂੰ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਬੇਟਾ ਗਲਤੀ ਕੀਤੀ ਹੈ ਤਾਂ ਹੁਣ ਉਹ ਭੁਗਤਨੀ ਤਾਂ ਪੈਣੀ ਹੈ ਦਰਅਸਲ ਪਾਪਾ ਜੀ ਮੇਰੀਆਂ ਹੀ ਖੁਆਇਸ਼ਾਂ ਵੱਧਦੀਆਂ ਜਾ ਰਹੀਆਂ ਸੀ ਮੈਂ ਹੀ ਇਹਨਾਂ ਨੂੰ ਮਜਬੂਰ ਕਰਦੀ ਸੀ ਇਹ ਸਾਰਾ ਕੁਛ ਮੇਰੇ ਕਰਕੇ ਹੀ ਹੋਇਆ ਮੈਨੂੰ ਨਹੀਂ ਸੀ ਪਤਾ ਵੀ ਇਹ ਗੱਲ ਇੰਨੀ ਵੱਧ ਜਾਊਗੀ ਬੇਟਾ ਇਹ ਗੱਲ ਤੈਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਹੁਣ ਤਾਂ ਗੱਲ ਵੱਧ ਗਈ ਹੈ ਪਾਪਾ ਜੀ ਮੈਂ ਤੁਹਾਨੂੰ ਯਕੀਨ ਦਵਾਉਣੀ ਹੈ ਵੀ ਇਹੋ ਜਿਹੀ ਗਲਤੀ ਅੱਗੇ ਵਾਸਤੇ ਕਦੇ ਨਹੀਂ ਹੋਊਗੀ ਨਾ ਮੇਰੇ ਵੱਲੋਂ ਨਾ ਇਹਨਾਂ ਵੱਲੋਂ ਇਹ ਆਪਣੀ ਨੌਕਰੀ ਨੂੰ ਬਹੁਤ ਪਿਆਰ ਕਰਦੇ ਨੇ ਇਹ ਆਪਣੀ ਵਰਦੀ ਨੂੰ ਬਹੁਤ ਪਿਆਰ ਕਰਦੇ ਨੇ ਪਾਪਾ ਜੀ ਪਲੀਜ਼ ਇਹਨਾਂ ਨੂੰ ਦੁਬਾਰਾ ਨੌਕਰੀ 'ਤੇ ਲੈ ਲਓ ਠੀਕ ਹੈ ਪੁੱਤ ਮੈਂ ਕੋਸ਼ਿਸ਼ ਕਰਦਾ ਦੇਖਦੇ ਹਾਂ ਕੀ ਹੋ ਸਕਦਾ ਬਾਕੀ ਸਭ ਕੁਛ ਤਾਂ ਉਸ ਮਾਲਕ ਦੇ ਹੱਥ ਹੈ ਤੂੰ ਦੇਖ ਹੀ ਲਿਆ ਕਿ ਇੱਕ ਗਲਤੀ ਦੀ ਵਜ੍ਹਾ ਨਾਲ ਘਰ ਦਾ ਮਾਹੌਲ ਕਿਸ ਤਰ੍ਹਾਂ ਖਰਾਬ ਹੋ ਜਾਂਦਾ ਹੈਗਾ ਸਾਨੂੰ ਹਰ ਉਸ ਰੰਗ ਵਿੱਚ ਰਾਜ਼ੀ ਰਹਿਣਾ ਚਾਹੀਦਾ ਜਿਸ ਵਿੱਚ ਮਾਲਕ ਰੱਖਦਾ ਸਾਨੂੰ ਜੇ ਇਹ ਗੱਲ ਤੂੰ ਪਹਿਲਾਂ ਸੋਚੀ ਹੁੰਦੀ ਨਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਤੁਸੀਂ ਠੀਕ ਕਹਿ ਰਹੇ ਹੋ ਪਾਪਾ ਜੀ ਮੈਂ ਆਈ ਜੀ ਸਾਹਿਬ ਨਾਲ ਮੀਟਿੰਗ ਕਰਦਾ ਉਹਨਾਂ ਨੂੰ ਰਿਕੁਐਸਟ ਕਰਦਾ ਜੇ ਉਹ ਮੰਨ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਸ਼ੇਰ ਸਿੰਘ ਨੂੰ ਸਸਪੈਂਡ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹਿੰਮਤ ਰੱਖ ਮਾਲਕ ਸਾਹਿਬ ਠੀਕ ਕਰੇਗਾ ਚੁੱਪ ਕਰ ਲਓ ਜੀ ਜਿਹਨੇ ਧੀ ਦੇਤੀ ਉਹਨੂੰ ਸਟੇਟਮੈਂਟ ਦੇਣੀ ਕਿੰਨੀ ਔਖੀ ਹੈ ਸਾਲਾ ਮੇਰੇ ਬਹਾਲ ਹੋਣ ਦੀ ਕਿਸੇ ਨੂੰ ਕੋਈ ਖੁਸ਼ੀ ਹੈ ਨਹੀਂ ਕਿੱਥੇ ਮਰ ਗਿਆ ਮੇਰੇ ਦੁੱਖ ਸੁੱਖ ਦਾ ਸਾਥੀ ਕੁੱਕੜ ਜਿਹਾ ਕਿੱਥੇ ਆ ਥੋੜਾ ਜ਼ੋਰ ਨਾ ਘੁੱਟ ਜਾਨ ਹੈ ਨਹੀਂ ਹੱਥਾਂ 'ਚ ਹਾਂਜੀ ਹਾਂਜੀ
हाँ पुत। थैंक यू डैडी जी, थैंक यू। तैनू की लग्या सी? मैं अपनी धी दा घर खराब करूंगा? सर गुड मॉर्निंग। अवतार सिंह, एडी केड़ी जरूरी गल सी जिहड़ी आपां टेलीफोन ते नहीं कर सकते सी, होर तुहानू आप इत्थे चल के आना पिया? सर गल ये है कि शेर सिंह दी गलती ने घर दा सारा माहौल खराब करके रख्या होया। तू कहना की चाहना है? मैं उहदे कीते दी सज़ा भी उहनू दे चुक्या, वह बार बार सौहां भी खाई जा रहा कि अगे तो ऐसी गलती नहीं करेगा। मैं समझ गया तू की कहना चाहना है। तैनू पता है अवतार सिंह, सिर्फ तेरी दोस्ती करके मैं मीडिया दे प्रेशर होने के बावजूद भी उन्हां नाल वीडियो शेयर नहीं की। थैंक यू सर। मैं तुहाडा एहसान जिंदगी भर याद रखांगा। सर तुसी मेरे नाल नाल मेरे परिवार की भी इज्जत रख ली सर। मैं तुहानू विश्वास दिलाना कि शेर सिंह अगे तो ऐसी गलती नहीं करेगा। जे तू गरंटी लैना तो उन्हें एक होर मौका दिता जा सकता है। उन्हें कहो कल तो ड्यूटी ज्वाइन कर लवे। थैंक यू सर। थैंक यू वेरी मच। थैंक यू। पुत्र रब ने दोबारा मौका दिता है। शेर सिंह नु कहीं भाई राजपूता ना नाम ना खराब करे। नहीं कर दे डैडी जी, ते ना ही मैं करा। दरअसल सारा कुछ ना मेरे करके होया। चल चंगी गल है, तेनू अपनी गलती दा एहसास हो गया। अच्छा होर दस, हैप्पी दे व्याह दियां तैयारियां शुरू हो गईयां? हुण तां रौनकां लगियां होणियां पूरियां घर च। हां जी पूरियां तैयारियां चल रहियां ने, तुसी भी आजो। मैं तेरी मां नूं लेके आउणा दो चार दिनां नूं। है हां जी आजो आजो डैडी जी। चंगा फोन रखदा। ओके बाय। ओए तैनू की तकलीफ हो गई, तू क्यों हट गया? तुसी किहदे व्याह दी गल कर रहे सीगे जी? तेरे मामे दे मुंडे दी। मामे दे मुंडे दे तां पहले ही दो मुंडे ने जी, थोनू की लोड़ा नाले ओदा दोबारा ब्याह कराण दी जी? तुसी सारे दे ब्याह बारे सोची जाने, मेरे ब्याह बारे कोई सोचदा ही नहीं हैगा। चल ठीक है, हैप्पी दे ब्याह दो मगरों तेरा ब्याह करा दिंदे आ। ले हुण तां जी मैं सारे पिंड दीआं लत्तां घुट दूंगा जी। चल चल घुट फिर घुट फिर। भैन जी कुलजीत, तू कुकड़ा, तू तू इत्थे की करदा है? ये थी कर दिया कुकड़ा, तू इत्थे करना है? किते सपना तो नहीं वेखदा है? तेरे चुंडी फटके वे परा मर की लक्षण करदा, तू कर की आया इत्थे? तू ता मेनू स्कूल दे दिन याद कराते, गठ लम्मी तान रेशमी वाल तेरे मोरा वर्गी तोर, ते तेरे जुत्ती वरी सी जड़ी ओ भुल गया? जे कोई काम है ता दस, नहीं ता तुरदा हो इत्थों। मैं किवें तुरदा हो जाहा? मैं ता रिश्ता लेना है, रिश्ता लेके जाऊंगा। वे तेनू शर्म नहीं आउंदी? व्याही होई आ हुण मैं, बच्चा भी है एक मेरे। एक तू हां ता कर लैन ला देंगे जवाकां दी आपां। की पौंकी जाना, लावा जुत्ती फिर। मैं ओ हैप्पी दे रिश्ते बारे आया। हैप्पी? हां हैप्पी तेरा की लगदा? हैप्पी मेरा मामा लगदा। की? नहीं मामा नहीं, मैं हैप्पी दा मामा लगदा कुलजीत। अच्छा कौन है कुलजीत? ओ जी हैप्पी दे मामा जी आए आ। अच्छा अच्छा, ये बाहर क्यों खड़े ने? इन्हां नूं अंदर लियाओ। आजा मर्जा। आजो आजो। सत श्री अकाल जी। पाजी आओ।
तुसी भी चलो, मैं चाह लेके आई। दसो की गल, बेटी नजर नहीं आ रही? वो अपनी सहेलियां दे नाल बाहर गई है, हुणे आ जाएगी थोड़ी देर च। बस आही गल है जी, जिन्ने कर दे जी, सारे नु आपो अपने काम है जी। हाँ। मैं कह जे थुनू काम है ता मैं बैठा कर लो काम, मैं कलजीत नाल गल कर लूंगा। नहीं नहीं कोई गल नहीं, तुसी गल करो जेड़ी करन वास्ते आए हो। नहीं जी, हुण ता रिश्तेदारी पै जानी है, आ गल्लां बातां हुंदियां रहणगियां। रिश्तेदारी? मैं समझिया नहीं। मेरा जीजा जी नौकरी तो बहाल हो गया। चलो ये तो बड़ी वधिया गल होगी। हाँ जी, तो तुसी हुण समझ ही गए होंगे कि मैं इत्थे क्यों आया। हुण जी तुसी हैप्पी दी व्याह दी तैयारी करो। हैप्पी नूं आपदा प्यार मिल गया ते शायद कुक्कड़ नूं वी उहदा खोया होया प्यार मिल जे। कुक्कड़? ते मेरा ना सरदार कुक्कड़ सिंह गिल जी। लो बच्चे लो, लो थैंक यू। तुसी भी लो, शाबाश जी। किस खुशी च ने साडे अफसर बहाल होया? अच्छा जी, उन्हां दी खुशी च। हाँ जी, तुसी भी लो जनाब। तुहाडे बहाल होण दी खुशी च सारे शहर च लड्डू वंडते। कोई रह तां नहीं गया? बस ओह हलवाई रह गया जिन्हें लड्डू बनाए सी। ओह कहिंदा मैं अपने बनाए लड्डू आप खा के कोई रिस्क लेना चाहुंदा। तू रिस्क ले लिया? जनाब मेथों तो लिया गया, साले ने दस्सिया ही बाद च। मैनू भी इस गल दी बाद च समझ आई है कि रोटी हक दी खाइए जी, भावें थां थां नाके लाइए। काश गुरदास मान जी दा गीत मैनू पहला समझ आ गया हुंदा ते मैं सस्पेंड ना हुंदा। बिल्कुल सही फरमाया जनाब ने। रुको 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 जनाब, शिकार आ गया। जनाब ये किद्दां दी कुड़ी आ, हर गल दा पुट्ठा जवाब दिंदी आ। मैं पुछिया आरसी अगों कहिंदी ब्लेंडर प्राइड। मैं गल करदा बीबा जी, ब्लेंडर प्राइड तो थले उतर के थोड़ा संतरा मार्का लेवल दी गल करो, मतलब साडे स्टैंडर्ड दी गल करो। हां तुहाडे स्टैंडर्ड दा ते मैनूं पता नहीं, पर अपने स्टैंडर्ड दा जरूर पता है। आज तक ना मेरा कोई चलान कट सकया है ते ना गाहां नूं कोई कट सकदा है। अच्छा, हद हो गई जनाब। ना इहदे कोल ड्राइविंग लाइसेंस, ना इहदे कोल आरसी, ना इहदे कोल इंश्योरेंस, ना सानूं चलान कटण तों कौन रोक सकदा। एक मिंट रुको, एक गांधी जी रोक सकदे ने। अच्छा, रिश्वत दे रही हां? शायद तैनूं इह नहीं पता कि एसएचओ शेर सिंह काफूस ते खा सकदा पर कूस नहीं खा सकदा। मैनू लगदा इह घट ने, वधा के देख ला। शायद जनाब मान जा। ओए हेतरम, हुण असी ओह नहीं रहे जिन्नी मर्जी बोली वधा लवे, पर एसएचओ शेर सिंह डोलन वाला नहीं। सीधी तरह दस दे किधरों आईयां ते किधर चलियां। आ तां मैं घर तो ही रही सी पर चली किसे मिशन ते सी। हूं ते अज मेरा मिशन इम्पॉसिबल हो गया पापा जी। सिमी बेटे तू? हां पापा जी, मैं ताडी सिमी। पर बेटे तू मैनू रिश्वत दे रही सी? हाँ जी, अपने डैडी जी दे कहने उन्होंने ही मैनू नाके ते भेजा सी। वह जानना चाहते सी जिस कार उन्हां दी धी चली है किते उत्थे हजे भी रिश्वत दा बोलबाला ते नहीं है, ते तुसी उन्हां दी कसौटी ते खरे उतरे। ओ देखो डैडी जी साडी वीडियो बना रहे ने। डैडी जी। हेतरम जनाब, ਐਵੇਂ ਨਹੀਂ ਕਹਿੰਦੇ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ। ਬਿਲਕੁਲ, ਇਹ ਕਮਲੀ ਨੂੰ ਕੀ ਪਤਾ ਕਿ ਅੱਜ ਕੱਲ੍ਹ ਅਸੀਂ ਆਲੇ ਦੁਆਲੇ ਪਹਿਲਾਂ ਕੈਮਰੇ ਦੇਖਦੇ ਹਾਂ ਫਿਰ ਕਿਤੇ ਜਾ ਕੇ ਕੋਈ ਸਟੇਟਮੈਂਟ ਦਿੰਦੇ ਹਾਂ। ਐਸਐਚਓ ਸ਼ੇਰ ਸਿੰਘ, ਐਸਐਚਓ ਸ਼ੇਰ ਸਿੰਘ, ਹੁਣ ਜਾ ਫੇਰ ਦੀ ਜਾਵੇ ਪੈਸੇ ਖਾਣੀ ਇਹ ਜਿੰਗ। ਐਸਐਚਓ ਸ਼ੇਰ ਸਿੰਘ, ਐਸਐਚਓ ਸ਼ੇਰ ਸਿੰਘ, ਵਾਂਗ ਚਲੇ ਸਿੰਘ।